ਕਰੈਕਟਰ ਨੇ ਉਹਨਾਂ ਨੇ ਇੰਨੇ ਸੋਹਣੇ ਨਿਭਾਏ ਆ ਨਾ, ਮਤਲਬ ਆਪਾਂ ਸੋਚ ਵੀ ਨਹੀਂ ਸਕਦੇ, ਮਾਇੰਡ ਬਲੋਇੰਗ ਪਰਫੋਰਮੈਂਸ ਆ ਉਹਨਾਂ ਨੇ ਪਰਫੋਰਮ ਕੀਤਾ। ਮਤਲਬ ਮੈਂ ਹੀਰੋ ਹਾਂ, ਮੈਨੂੰ ਲੱਗਦਾ ਯਾਰ ਮੈਂ ਤਾਂ ਤੁਰਿਆ ਫਿਰ ਐਕਟਿੰਗ ਜੀ ਕਰ ਲਈ ਹੋ ਜਾਂਦੀ ਆ, ਹੀਰੋ ਦਾ ਨਾਂ ਲੱਗ ਜਾਂਦਾ, ਬਟ ਜੈਨੂਅਲੀ ਉਹ ਪਿਲਰਸ ਹੁੰਦੇ ਨੇ ਫਿਲਮ ਵਾਸਤੇ। ਮੈਂ ਜੱਗੀ ਤੂੰ ਇਸ ਕੰਮ ਆ ਕੇਕ ਵਾਲੇ ਮਾਮਲੇ 'ਚ ਜੀਰੋ ਹੈ, ਕਮੈਂਟ ਕੀਤਾ ਕੌਣ ਨੂੰ, ਮੈਂ ਸਾਰੇ ਕਹਿ ਸਕਦਾ ਸੀ ਜਿੱਦ ਕਰਕੇ ਉਹਨਾਂ ਨੇ ਜਵਾਬ ਹੀ ਨਹੀਂ ਦੇਣਾ, ਪਰ ਮੈਂ ਉਹਨਾਂ 'ਚ ਵੜਦਾ ਨਹੀਂ। ਉਹਨਾਂ ਜਿਹੜੀ ਆਪਣੀ ਟਿਊਨਿੰਗ ਹੈ ਨਾ, ਲੜਦੇ ਵੀ ਇੱਕ ਦੂਜੇ ਨਾਲ, ਜਦਮ ਜਿਹਦੀ ਵੀ ਹੁੰਦੇ ਇੱਕ ਦੂਜੇ ਨਾਲ, ਤੂੰ ਗਾਣੇ ਨਹੀਂ ਭੇਜਦਾ, ਇਹ ਨਹੀਂ ਕਰਦਾ, ਵਾਹ ਨਹੀਂ ਕਰਦਾ, ਉਹਨਾਂ ਦੀ ਆਪਸ 'ਚ ਟਿਊਨਿੰਗ ਜਾਂ ਰਿਸਪੈਕਟ ਓਫ ਰਿਸਪੈਕਟ ਇੱਕ ਦੂਜੇ ਲਈ। ਰਾਈਟਰ ਬੰਦਾ ਰਾਈਟਰ ਬੰਦੇ ਨੂੰ ਬਹੁਤ ਨੈਕਸਟ ਲੈਵਲ ਤੋਂ ਪਿਆਰ ਕਰਦਾ ਹੁੰਦਾ। ਮੈਂ ਚਾਚਾ ਮੈਨੂੰ ਲੈ ਗਿਆ ਸੀ ਉਦੋਂ ਹਰਭਜਨ ਸਾਹਿਬ ਦੀ ਫਿਲਮ ਆਈ ਸੀ ਕੋਈ, ਉਹ ਵਿਖਾਉਣ ਲੱਗਿਆ ਸੀ ਮੈਨੂੰ, ਅਤੇ ਮੇਰੇ ਪਾਪਾ ਨੇ ਬੇਤਾਬ ਫਿਲਮ ਦੇਖੀ ਸੀ ਇੱਕ ਹੀ, ਅਤੇ ਪਾਪਾ ਗਾਣਾ ਗਾਉਂਦੇ ਜਬ ਹਮ ਜਵਾਂ ਹੋਂਗੇ, ਅਤੇ ਮੰਮਾ ਨੇ ਸਿੱਧੀ ਆ ਕੇ ਅੰਗਰੇਜ਼ ਵੇਖੀ ਹੈ। ਜ਼ਹਿਰ ਵੇਖ ਕੇ ਪੀਤਾ ਅਤੇ ਕੀ ਪੀਤਾ, ਇਸ਼ਕ ਸੋਚ ਕੇ ਕੀਤਾ ਅਤੇ ਕੀ ਕੀਤਾ, ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਵੇ ਬੁੱਲਿਆ, ਪਿਆਰ ਵੀ ਲਾਲਚ ਦੇ ਨਾਲ ਕੀਤਾ ਅਤੇ ਕੀ ਕੀਤਾ। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਗਰੇਵਾਲ ਤੁਹਾਡਾ ਸਾਰਿਆਂ ਦੇ ਬੀ ਸੋਸ਼ਲ 'ਤੇ ਸਵਾਗਤ ਕਰਦੀ ਹਾਂ। ਉਮੀਦ ਹੈ ਠੀਕ ਠਾਕ ਹੋਵੋਗੇ। 14 ਫਰਵਰੀ ਦਿਨ ਸ਼ੁੱਕਰਵਾਰ ਨੂੰ ਫਿਲਮ ਆ ਰਹੀ ਹੈ ਸੁਫਨਾ, ਪੰਜ ਪਾਣੀ ਵੱਲੋਂ ਇਹ ਫਿਲਮ ਤਿਆਰ ਕੀਤੀ ਗਈ ਹੈ ਅਤੇ ਫਿਲਮ ਦੀ ਕਹਾਣੀ, ਫਿਲਮ ਦਾ ਨਿਰਦੇਸ਼ਨ ਜਗਦੀਪ ਸਿੰਘ ਸਿੱਧੂ ਹੋਰਾਂ ਨੇ ਕੀਤਾ। ਫਿਲਮ ਦੇ ਲੀਡ ਸਟਾਰਕਾਸਟ ਦੀ ਗੱਲ ਕਰਾਂ ਤਾਂ ਐਮੀ ਵਿਰਕ ਹੋਰੀ ਅਤੇ ਤਾਨੀਆ ਹੋਰੀ ਸਾਨੂੰ ਮੁੱਖ ਕਿਰਦਾਰਾਂ ਦੇ ਵਿੱਚ ਨਜ਼ਰ ਆਉਣਗੇ ਅਤੇ ਇਹਨਾਂ ਤੋਂ ਇਲਾਵਾ ਬਹੁਤ ਹੀ ਸਨਮਾਨਯੋਗ ਹੋਰ ਕਲਾਕਾਰਾਂ ਨੇ ਇਸ ਫਿਲਮ ਦੇ ਵਿੱਚ ਕੰਮ ਕੀਤਾ। ਇਸ ਫਿਲਮ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਐਮੀ ਵਿਰਕ ਹੋਰੀ, ਤਾਨੀਆ ਹੋਰੀ ਸਾਡੇ ਨਾਲ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਮੈਮ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਕੀ ਹਾਲ ਚਾਲ ਨੇ? ਵਧੀਆ ਜੀ, ਇੱਧਰ ਪੁੱਛੋ, ਮੈਂ ਤਾਂ ਵਾਹਵਾ ਕਰ ਲਈਆਂ ਹੱਸਦਾ, ਇਹਦੀ ਲੀਡ ਹੈ ਮੈਂ ਫੁਕਰੀ ਮਾਨ ਦੀ, ਮੈਨੂੰ ਆਦਤ ਕਈ ਵਾਰੀ ਮਾਰ ਦੇਣਾ। ਫਿਲਮ ਸਾਡੀ 14 ਫਰਵਰੀ ਨੂੰ ਸੁਫਨਾ ਰਿਲੀਜ਼ ਹੋ ਜਾਣੀ ਹੈ, ਉਹ ਤਾਨਾ ਦਾ ਡੈਬਿਊ ਸੀ, ਬਿਕੋਜ਼ ਜਦੋਂ ਫਿਲਮ ਰਿਲੀਜ਼ ਹੋਣੀ ਹੈ ਨਾ ਜੀ, ਉਦੋਂ ਤੁਸੀਂ ਰਿਵਿਊ ਦੇ ਵਿੱਚ ਸਭ ਤੋਂ ਬੈਸਟ ਇੱਕ ਮੈਂ ਪੈਸੇ ਦੇ ਦੀ ਹੁਣ, ਉਦੋਂ ਤੁਸੀਂ ਲਿਖਣਾ ਵੀ ਤਾਨੇ ਇਜ਼ ਬੈਸਟ, ਤਾਨੇ ਵਾਜ਼ ਬੈਸਟ, ਤਾਨੇ ਦੀ ਪਰਫੋਰਮੈਂਸ ਇੰਨੀ ਸੋਹਣੀ ਸੀ, ਬਿਕੋਜ਼ ਮੈਂ ਤਾਂ ਐਜ ਯੂਜੂਅਲ ਜਿਵੇਂ ਦੀ ਮੈਂ ਤਾਂ ਐਕਟਿੰਗ ਕਰਦੇ ਨੀਗਾ, ਉਹ ਦੂਜੀਆਂ ਫਿਲਮਾਂ ਵਾਂਗੂ, ਮੈਂ ਤਾਂ ਉਵੇਂ ਜਿਵੇਂ ਤੁਰਿਆ ਫਿਰਿਆ ਗੱਲਾਂ ਕਰੀ ਜਾਂਦਾ ਫਿਲਮ ਦੇ ਵਿੱਚ, ਅਤੇ ਉਹਦੇ ਮੈਨੂੰ ਪੈਸੇ ਮਿਲਦੇ, ਅਤੇ ਤਾਨੇ ਨੇ ਪੈਸੇ ਘਰ ਸਾਡੇ ਤੋਂ ਘੱਟ ਲਏ ਬਿਕੋਜ਼ ਅਸੀਂ ਪ੍ਰੋਡਿਊਸ ਕੀਤੀ ਹੈ, ਬਟ ਜੈਨੂਅਨਲੀ ਇਹਨੇ ਘੱਟ ਪੈਸਿਆਂ ਦੇ ਵਿੱਚ ਇੰਨਾ ਜ਼ਿਆਦਾ ਸੋਹਣਾ ਕੰਮ ਕੀਤਾ, ਅਤੇ ਅਸੀਂ ਧੰਨਵਾਦੀ ਹਾਂ, ਆਭਾਰੀ ਹਾਂ ਤੁਹਾਡੇ, ਅਸੀਂ ਪੂਰੀ ਮਿਹਨਤ ਲਾਤੀ ਮੈਂ ਘਰ, ਅਤੇ ਪੂਰੀ ਮਿਹਨਤ ਲਾਤੀ, ਅਤੇ ਸੋਹਣੀ ਵੀ ਬੜੀ ਲੱਗੀ ਸਾਡੀ ਕੁੜੀ, ਅਤੇ ਜਦੋਂ ਤੁਸੀਂ ਫਿਲਮ ਵੇਖੋਗੇ ਤਾਂ ਜੈਨੂਅਨਲੀ ਤੁਸੀਂ ਇਹਨੂੰ ਇੰਨਾ ਜ਼ਿਆਦਾ ਪਿਆਰ ਦੇਣਾ। ਭਾਈ ਤੁਸੀਂ ਦੇਖੋ ਅੱਜ ਦੇ ਸਮੇਂ 'ਚ ਕਿੰਨੇ ਲੱਕੀ ਹੋ ਨਾ, ਨਹੀਂ ਬੰਦਾ ਕਹਿੰਦਾ ਹੁੰਦਾ ਰੁਪਈਆ ਛੱਡਣਾ ਨਹੀਂ ਅਤੇ ਰੁਪਈਆ ਰੱਖਣਾ ਨਹੀਂ, ਦੇਖੋ ਤੁਹਾਡੇ ਨਾਲ ਕਿੰਨਾ ਕੋਆਪਰੇਟ ਕਰਕੇ ਕੰਮ ਕਰ ਰਹੇ ਨੇ ਨਾ ਜੀ। ਨਹੀਂ ਤਾਂ ਹੀ ਕਹਿ ਰਹੇ, ਜਿੰਨੇ ਕੁ ਤੂੰ ਲਏ ਆ ਉਨੇ ਕੁ ਤਾਂ ਮੈਂ ਦਿਹਾੜੀ ਲੈਣਾ, ਮੈਨੂੰ ਸਾਰੇ ਵਾਪਸ ਕਰਨੇ, ਹਾਂ ਸਾਰੇ ਪੈਸੇ ਵਾਪਸ ਲੈ ਲੈਣੇ, ਅਤੇ ਚਲੋ ਹੱਸਦੇ ਆ। ਵੈਸੇ ਜੈਨੂਅਨਲੀ ਮਤਲਬ ਇੱਕ ਲੀਡ 'ਤੇ ਆਉਣਾ ਨਾ, ਫਿਲਮ ਆਪਣੇ ਮੋਢਿਆਂ 'ਤੇ ਰੱਖਣੀ ਬੜਾ ਔਖਾ ਕੰਮ ਹੈ, ਬਿਕੋਜ਼ ਮੈਨੂੰ ਵੀ 3-4 ਫਿਲਮਾਂ ਲੱਗ ਗਈਆਂ, ਮੈਂ ਨਿੱਕਾ ਜਿਹਾ ਬੰਬੂ ਕੱਟ ਨੂੰ ਵੀ ਨਹੀਂ ਆਪਣੀ ਸਿੱਧੀ ਸੋਲੋ ਮੰਨਦਾ, ਬਿਕੋਜ਼ ਬਿੰਨੂ ਭਾਜੀ ਸੀ, ਉਹਨਾਂ ਦਾ ਐਡਾ ਬਾਕਮਾਲ ਕਰੈਕਟਰ ਸੀਗਾ। ਫਿਰ ਉਸ ਤੋਂ ਬਾਅਦ 'ਚ ਮੈਨੂੰ ਨਿੱਕਾ ਜੈਲਦਾਰ ਵੀ ਨਹੀਂ ਮੈਂ ਮੰਨਦਾ, ਬਿਕੋਜ਼ ਉਹ 'ਚ ਮਾਤਾ ਜੀ ਸੀਗੇ, ਐਡਾ ਸੁਪਰਬ ਕਰੈਕਟਰ ਸੀਗਾ। ਅਤੇ ਫਿਰ ਉਸ ਤੋਂ ਮੈਂ ਆਪਣੀ ਫਿਲਮ ਸਿੱਧੀ ਸੋਲੋ ਹੀਰੋ, ਹੀਰੋ ਜਿਹਨੂੰ ਕਹਿੰਦੇ ਨੇ, ਹੀਰੋਇਨ ਅੱਡਵਰਡ ਆ ਗਿਆ, ਹੀਰੋ ਜਿਹਨੂੰ ਕਹਿੰਦੇ ਨੇ, ਉਹ ਆ ਕੇ ਕਿਸਮਤ, ਜਾਂ ਤੁਸੀਂ ਕਹਿ ਸਕਦੇ ਹਰਜੀਤਾ, ਹਾਂ ਮਤਲਬ ਲੋਕਾਂ ਵੱਲੋਂ ਸਰਾਈ ਗਈ, ਹਰਜੀਤਾ ਚੱਲੀ ਨਹੀਂ, ਕਿਸਮਤ ਸਰਾਈ ਗਈ, ਕਿਸਮਤ 'ਚ ਆ ਕੇ ਮਤਲਬ ਮੈਂ ਇਕੱਲਾ ਫਿਲਮ ਚਲਾਉਣ ਜੋਗਾ ਹੋਇਆ। ਉਸ ਤੋਂ ਬਾਅਦ 'ਚ ਕਾਫੀ ਮਲਟੀ ਆਰਟ, ਪੰਜਾਬ ਦੇ ਕਾਫੀ ਕਲਾਕਾਰ ਨੇ ਜਿਹੜੇ ਇਕੱਲੇ ਨਹੀਂ ਚੱਲਦੇ, ਹਾਂਜੀ ਮੋਸਟਲੀ ਸਾਰੇ ਇੱਕ ਦਿਨ ਛੱਡ ਕੇ ਜਿਹੜੇ ਇਕੱਲੇ ਨਹੀਂ ਚੱਲਦੇ, ਉਹਨਾਂ ਨੂੰ ਕੋਈ ਨਾ ਕੋਈ, ਹਾਂ ਕੋਈ ਨਾ ਕੋਈ ਨਾਲ ਰੱਖਣਾ ਪੈਂਦਾ ਸਪੋਰਟਿੰਗ, ਅਤੇ ਜੈਨੂਅਨਲੀ ਹਰ ਬੰਦ ਅਸੀਂ ਵੀ, ਮੈਂ 4-5 ਫਿਲਮਾਂ ਲੱਗ ਗਈਆਂ, ਅਤੇ ਰੱਬੋਂ ਕਿਸਮਤ 'ਤੇ ਇੰਨਾ ਜ਼ਿਆਦਾ ਸੋਹਣਾ ਜਗਦੀਪ ਨੇ ਕੰਮ ਕੀਤਾ, ਅਤੇ ਸਰਗੋਂ ਨੇ ਇੰਨੀ ਸੋਹਣੀ ਪਰਫੋਰਮੈਂਸ ਦਿੱਤੀ ਉਹ ਫਿਲਮ ਦੇ ਵਿੱਚ, ਅਤੇ ਤਾਂ ਕਿਤੇ ਜਾ ਕੇ ਉਹ ਸੋਲੋ ਸੋਲੋ ਤੁਸੀਂ ਮੰਨ ਕੇ ਚੱਲੋ ਵੀ ਮੁੰਡੇ ਕੁੜੀ ਦੀ ਫਿਲਮ ਚੱਲੀ, ਅਤੇ ਮੈਨੂੰ 1000% ਉਹਦੇ ਤੋਂ ਵੱਧ ਉਮੀਦਾਂ ਨੇ ਵੀ ਇਹ ਫਿਲਮ ਦੇ ਵਿੱਚ ਜਿਹੜਾ ਅਸੀਂ ਦੋਨਾਂ ਨੇ ਕੰਮ ਕੀਤਾ ਜਾਂ ਤਾਨਿਆਂ ਨੇ ਕੰਮ ਕੀਤਾ ਵੀ ਉਹ ਬਹੁਤ ਜ਼ਿਆਦਾ ਲੋਕਾਂ ਵੱਲੋਂ ਸੁਰਾਇਆ ਜਾਣਾ। ਮੈਮ ਕਿਸਮਤ, ਉਸ ਤੋਂ ਬਾਅਦ ਰੱਬ ਦਾ ਰੇਡੀਓ 2, ਫਿਰ ਗੁੱਡੀਆਂ ਪਟੋਲੇ, ਹੁਣ ਸੁਫਨਾ ਆ ਗਈ, ਹੈ ਨਾ, ਕਿਸਮਤ ਤੋਂ ਪਹਿਲਾਂ ਦੀ ਜਰਨੀ ਤੁਹਾਡੀ ਕੀ ਆ? ਕਿਸਮਤ ਤੋਂ ਪਹਿਲਾਂ ਮੈਂ ਪਹਿਲਾ ਸ਼ੂਟ ਕੀਤਾ ਸੀ ਸਨ ਆਫ ਮਨਜੀਤ ਸਿੰਘ ਦਾ, ਸੋ ਸਭ ਤੋਂ ਪਹਿਲੀ ਸ਼ੂਟ ਮੇਰੀ ਉਹ ਸੀਗੀ, ਬਟ ਐਜ਼ ਮਾਈ ਡੈਬਿਊ ਮੂਵੀ ਕਿਸਮਤ ਹੋਈ, ਕਿਉਂਕਿ ਕਿਸਮਤ ਪਹਿਲਾਂ ਰਿਲੀਜ਼ ਹੋ ਗਈ ਐਂਡ ਉਸ ਤੋਂ ਬਾਅਦ ਉਹ, ਬਟ ਆਈ ਸਟਿਲ ਬਿਲੀਵ ਮੈਂ ਆਪਣਾ ਕਰੀਅਰ ਸਟਾਰਟ ਕਿਸਮਤ ਤੋਂ ਹੀ ਮੰਨਦੇ। ਜਗਦੀਪ, ਉਹਨਾਂ ਨੇ ਇੱਕ ਵਾਰੀ ਲਿਖਿਆ ਸੀਗਾ ਕਿ 4 ਫਿਲਮਾਂ ਲੱਗ ਗਈਆਂ ਇਹਨਾਂ ਨੂੰ ਲੀਡ ਦੇ ਵਿੱਚ ਆਉਣ ਲਈ, ਹੈ ਨਾ, ਤੁਹਾਨੂੰ ਲੱਗਦਾ ਕਿ ਉਹ ਵਰਥ ਕਰ, ਮਤਲਬ ਵਰਥ ਰੱਖਦੀਆਂ ਨੇ ਉਹ ਚੀਜ਼ਾਂ? ਪਹਿਲਾਂ ਤੁਸੀਂ ਇੱਕ ਕਰੈਕਟਰ ਆਰਟਿਸਟ ਦੇ ਤੌਰ 'ਤੇ ਕੰਮ ਕੀਤਾ, ਫਿਰ ਤੁਸੀਂ ਸੈਕਿੰਡ ਲੀਡ ਦੇ ਵਿੱਚ ਆਏ,
ਨਾ ਲੀਡ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਕਿ ਮਤਲਬ ਠੀਕ ਸੀਗਾ ਉਹ ਵਧੀਆ ਨਾਲੇ ਤੁਹਾਡਾ ਐਕਸਪੀਰੀਅੰਸ ਹੋਇਆ ਤੁਹਾਨੂੰ ਸਿੱਖਣ ਨੂੰ ਬੜਾ ਕੁਝ ਮਿਲਿਆ ਬਹੁਤ ਸਾਰੇ ਚੰਗੇ ਲੋਕ ਤੁਹਾਡੇ ਨਾਲ ਜੁੜ ਗਏ ਵੇਖੋ ਮੈਨੂੰ ਲੱਗਦਾ ਹੈ ਸਿੱਖ ਕੇ ਆਓ ਤਿਆਰੀ ਕਰਕੇ ਆਓ ਤੁਸੀਂ ਲੌਂਗ ਟਰਮ ਤੱਕ ਜਾਓਗੇ ਸਿੱਧਾ ਇੱਕੋ ਦਮ ਉਡਾਰੀ ਮਾਰੋਂਗੇ ਅਤੇ ਥੱਲੇ ਵਾਪਸ ਹੀ ਡਿੱਗੋਂਗੇ ਸੋ ਉਹ ਇੱਕ ਡੈਲੀਬਰੇਟ ਚੋਇਸ ਸੀਗੀ ਮੇਰੀ ਕਿ ਕਰਦਿਆਂ ਟਰਾਈ ਕੀ ਹੈਗਾ ਕਿੱਦਾਂ ਚੱਲਦਾ ਹੈ ਕੀ ਸਿੱਖਣ ਨੂੰ ਮਿਲਦਾ ਹੈ ਐਂਡ ਟੂ ਆਈ ਐਮ ਫੋਰਚੁਨੇਟ ਇਨਫ ਕਿ ਮੈਨੂੰ ਇੰਨੇ ਵਧੀਆ ਆਰਟਿਸਟ ਸਾਰਿਆਂ ਦੇ ਨਾਲ ਇੰਨੀਆਂ ਵਧੀਆ ਸਕ੍ਰਿਪਟ 'ਚ ਕੰਮ ਕਰਨ ਦਾ ਚਾਂਸ ਮਿਲਿਆ ਸੋ ਮੈਂ ਉਹ ਪ੍ਰਿਪੇਅਰ ਕਰਕੇ ਆਈ ਹਾਂ ਸੋ ਐਸ ਕਿ ਜਦੋਂ ਮੈਂ ਲੀਡ 'ਚ ਆਵਾਂ ਸੋ ਕੋਈ ਉਨੀ ਹਿੱਕੀ ਨਾ ਹੋਵੇ ਇੱਕ ਨਾ ਹੋਰ ਗੱਲ ਹੈ ਫਿਲਮਾਂ ਮੇਰੀਆਂ ਫਲੋਪ ਹੋਈਆਂ ਮਤਲਬ ਮੇਰੀਆਂ ਵੀ ਤਿੰਨ ਚਾਰ ਫਿਲਮਾਂ ਚੜੀਆਂ ਸਕਸੈਸ ਰੇਸ਼ੋ ਕਾਫੀ ਹੈ ਵਧੀਆ ਹੈ ਮਤਲਬ ਮੇਰੀਆਂ ਵੀ ਫਲੋਪ ਹੋਈਆਂ ਉਹਦੇ ਡਰੋਬੈਕ ਸੀਗੇ ਅਤੇ ਫਿਰ ਉਸ ਤੋਂ ਬਾਅਦ 'ਚ ਕਿੰਨੇ ਹੀ ਹੋਰ ਆਰਟਿਸਟਾਂ ਦੀਆਂ ਵੀ ਫਿਲਮਾਂ ਫਲੋਪ ਹੁੰਦੀਆਂ ਬਟ ਇੱਕ ਵਾਰੀ ਜਦੋਂ ਬੰਦਾ ਲੀਡ ਆ ਗਿਆ ਉਹਦੀ ਪ੍ਰੋਬਲਮ ਬਣ ਜਾਂਦੀ ਹੈ ਵੀ ਉਹ ਸੈਕਿੰਡ ਲੀਡ ਨਹੀਂ ਆਉਂਦਾ ਮੁੜ ਕੇ ਵੀ ਮੈਨੂੰ ਲੱਗਦਾ ਆ ਜਾਣਾ ਚਾਹੀਦਾ ਦੁਬਾਰਾ ਆ ਜਾਣਾ ਚਾਹੀਦਾ ਬਿਲਕੁਲ ਮੈਨੂੰ ਐਂ ਲੱਗਦਾ ਵੀ ਦੁਬਾਰਾ ਸੈਕਿੰਡ ਲੀਡ ਆ ਜਾਣਾ ਚਾਹੀਦਾ ਕਿੰਨੇ ਮੇਰੇ ਵੀਰ ਨੇ ਜਿਹਨਾਂ ਦੀਆਂ ਫਿਲਮਾਂ ਫਲੋਪ ਹੋਈਆਂ ਮੇਰੀਆਂ ਆਪਦੀਆਂ ਹੋਈਆਂ ਮੈਂ ਮੰਨਦਾ ਵੱਡੇ ਆਰਟਿਸਟਾਂ ਦੀਆਂ ਹੁੰਦੀਆਂ ਸਾਰਿਆਂ ਦੀਆਂ ਹੁੰਦੀਆਂ ਅਤੇ ਮੈਨੂੰ ਲੱਗਦਾ ਉਹਨਾਂ ਨੂੰ ਦੁਬਾਰਾ ਆ ਜਾਣਾ ਚਾਹੀਦਾ ਸੈਕਿੰਡ ਲੀਡ ਵੀ ਉਹ ਈਗੋ ਐਂਡ ਆਲ ਸਾਰਾ ਕੁਛ ਪਿੱਛੇ ਰੱਖ ਕੇ ਤੁਸੀਂ ਦੁਬਾਰਾ ਆਓਗੇ ਦੁਬਾਰਾ ਤੁਹਾਨੂੰ ਫਿਰ ਤੁਸੀਂ ਇੱਕ ਅੱਧੀ ਫਿਲਮ 'ਚ ਪਰਫੋਰਮ ਕਰਕੇ ਸੈਕਿੰਡ ਲੀਡ ਤੁਸੀਂ ਦੁਬਾਰਾ ਫਿਰ ਲੀਡ ਆ ਸਕਦੇ ਮੇਰੀ ਇਹ ਅਪੀਲ ਆ ਮੇਰੇ ਵੀਰਾਂ ਨੂੰ ਜਿਹੜੇ ਕੋਈ ਮੇਰੀ ਗੱਲ ਸੁਣੇ ਮਤਲਬ ਇਹਨੂੰ ਜੈਨੂਅਲੀ ਆਪਣੇ ਮਾਈਂਡ ਦੇ ਵਿੱਚ ਰੱਖਿਓ ਮੈਂ ਜਗਦੀਪ ਕਈ ਵਾਰੀ ਡਿਸਕਸ ਕਰਦੇ ਹੁੰਦੇ ਹਾਂ ਚਲੋ ਮੇਰੀ ਛੱਡੋ ਮੈਂ 19 ਗੱਲ ਹਾਂ ਜੱਗੀ ਹਰ 100% ਆ ਹਰ ਬੰਦੇ ਲਈ ਉਹ ਉਹਨੇ ਹਰ ਬੰਦੇ ਲਈ 100% ਸੋਚਦਾ ਉਹਨੇ ਕਈ ਵਾਰੀ ਕਿਹਾ ਵੀ ਯਾਰ ਆਹ ਬੰਦਾ ਡਿਜ਼ਰਵ ਕਰਦਾ ਸੀ ਇਹਨੂੰ ਆਹ ਨਹੀਂ ਸੀ ਕਰਨਾ ਚਾਹੀਦਾ ਕਈ ਵਾਰੀ ਕਿੰਨੇ ਪੰਜਾਬ ਦੇ ਆਰਟਿਸਟ ਨੇ ਮੁੰਡੇ ਯੰਗਸਟਰਸ ਜਿਹਨਾਂ ਦੇ ਮੇਰੇ ਤੋਂ ਇੱਕ ਸਾਲ ਬਾਅਦ ਜਾਂ 2 ਸਾਲ ਬਾਅਦ ਕੈਰੀਅਰ ਸ਼ੁਰੂ ਕੀਤੇ ਆ ਚੱਲ ਮੇਰੇ ਜੂਨੀਅਰ ਹੋਏ ਪਰ ਕਾਫੀ ਮੇਰੇ ਤੋਂ ਉਮਰ 'ਚ ਵੱਡੇ ਵੀ ਨੇ ਛੋਟੇ ਵੀ ਨੇ ਮੇਰੇ ਭਰਾ ਅਤੇ ਉਹ ਫਿਲਮਾਂ ਦੀ ਦੌੜ 'ਚ ਵੀ ਫਿਲਮਾਂ ਕਰ ਲਈ ਫਿਲਮ ਉਵੇਂ ਨਾ ਮੈਂ ਨਹੀਂ ਕਹਿੰਦਾ ਵੀ ਮੇਰੇ ਨਾਲ ਕਰੋ ਜਾਂ ਜੇ ਮੈਨੂੰ ਫਿਲਮ ਦੀ ਨੀਡ ਹੈ ਹਰ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਐਮੀ ਦੀ ਫਿਲਮ ਦੇ ਵਿੱਚ ਆਹ ਕਰੈਕਟਰ ਹੈ ਆਪਾਂ ਸਿੱਧਾ ਵੀ ਅਪਰੋਚ ਕਰ ਸਕਦੇ ਹਾਂ ਜਾਂ ਮੈਨੂੰ ਕੋਈ ਟੈਲੈਂਟਡ ਲੱਗਦਾ ਜਾਂ ਜਗਦੀਪ ਨੂੰ ਕੋਈ ਲੱਗਦਾ ਜਾਂ ਕਿਸੇ ਵੀ ਸੱਜਣ ਮਿੱਤਰ ਨੂੰ ਲੱਗਦਾ ਉਹ ਕਰਦਾ ਅਪਰੋਚ ਵੀ ਮੈਨੂੰ ਇੱਕ ਅਪੀਲ ਹੈ ਵੀ ਤੁਸੀਂ ਕਰ ਲਿਆ ਕਰੋ ਢੰਗ ਦੀ ਫਿਲਮ ਦੇ ਵਿੱਚ ਸੈਕਿੰਡ ਲੀਡ ਨਾਲੇ ਐਕਟਰ ਆਪਾਂ ਐਕਟਰ ਹਾਂ ਆਪਾਂ ਕਿਹੜੇ ਹੀਰੋ ਬਣਨ ਲਈ ਇਹ ਕੰਮ ਕੀਤਾ ਸੀਗਾ ਤੇ ਉਹ ਤਾਂ ਇੱਕ ਹੁੰਦਾ ਵੀ ਹੀਰੋ ਆ ਹੀਰੋਇਨ ਆ ਤੇ ਐਕਟਰ ਆ ਉਹ ਤਾਂ ਕਿਸੇ ਵੀ ਤਰ੍ਹਾਂ ਦਾ ਕਿਰਦਾਰ ਕਰ ਸਕਦਾ ਹੈ ਜੇ ਉਹਨੂੰ ਰੋਲਿੰਗ ਨਾਲੇ ਵੈਸੇ ਵੀ ਓਕੇ ਕਿ ਬਿਲਕੁਲ ਤੁਸੀਂ ਆਪਣਾ ਕਰੈਕਟਰ ਪਰਫਾਰਮ ਕਰੋ ਡਜ਼ਨਟ ਮੈਟਰ ਕਰੈਕਟਰ ਇੰਪੋਰਟੈਂਸ ਹੋਣੀ ਚਾਹੀਦੀ ਹੋ ਚਾਹੇ ਇੱਕ ਲਾਈਨ ਦਾ ਹੀ ਕਿਉਂ ਨਹੀਂ ਹੋਵੇ ਹਾਂਜੀ ਸਾਡੀ ਸੁਪਨਾ ਦੇ ਵਿੱਚ 2-3 ਕਰੈਕਟਰ ਨੇ ਆਪਣੇ ਬਹੁਤ ਵਧੀਆ ਨੇ ਸੁਪਨਾ ਦੇ ਵਿੱਚ 2-3 ਕਰੈਕਟਰ ਨੇ ਬਲਵਿੰਦਰ ਬੁਲਟ ਭਾਈ ਦਾ ਹਾਂਜੀ ਜਗਜੀਤ ਸੰਧੂ ਭਾਜੀ ਦਾ ਤੇ ਰਾਣਾ ਕੌਤਕੀ ਭਾਜੀ ਉਹਨਾਂ ਦੇ ਮਤਲਬ ਕਰੈਕਟਰ ਨੇ ਉਹਨਾਂ ਨੇ ਇੰਨੇ ਸੋਹਣੇ ਨਿਭਾਏ ਆ ਨਾ ਮਤਲਬ ਆਪਾਂ ਸੋਚ ਵੀ ਨਹੀਂ ਸਕਦੇ ਮਾਇੰਡ ਬਲੋਇੰਗ ਪਰਫਾਰਮੈਂਸ ਆ ਉਹਨਾਂ ਨੇ ਪਰਫਾਰਮ ਕੀਤਾ ਮਤਲਬ ਮੈਂ ਹੀਰੋ ਆ ਮਿਲਦਾ ਯਾਰ ਮੈਂ ਤਾਂ ਤੁਰਿਆ ਫਿਰ ਐਕਟਿੰਗ ਜੀ ਕਰ ਲਈ ਹੋ ਜਾਂਦੀ ਆ ਹੀਰੋ ਦਾ ਨਾਂ ਲੱਗ ਜਾਂਦਾ ਬਟ ਜੈਨੂਅਲੀ ਉਹ ਪਿਲਰਸ ਹੁੰਦੇ ਨੇ ਫਿਲਮ ਵਾਸਤੇ ਉਹਨਾਂ ਨੇ ਇੰਨਾ ਕੰਮ ਕੀਤਾ ਹੁੰਦਾ ਇੰਨੀ ਮਿਹਨਤ ਕੀਤੀ ਹੁੰਦੀ ਆ ਤਾਂ ਤੁਸੀਂ ਜੈਨੂਅਲੀ ਤੁਸੀਂ ਉਹਨਾਂ ਨੂੰ ਸਰਾਉਂਗੇ ਉਹ ਇੰਨਾ ਸੋਹਣਾ ਕੰਮ ਕੀਤਾ ਉਹਨਾਂ ਨੇ ਮੈਨੂੰ ਲੱਗਦਾ ਕਰ ਲੈਣਾ ਚਾਹੀਦਾ ਸਾਰਿਆਂ ਨੂੰ ਜੇ ਮੈਨੂੰ ਲੋੜ ਹੈ ਮੈਨੂੰ ਵੀ ਕਰ ਲੈਣਾ ਚਾਹੀਦਾ ਮੈਂ ਜਦੋਂ ਰੱਬ ਨਾ ਕਰੇ ਕੱਲ੍ਹ ਨੂੰ ਨੇਕੀ ਗੱਲ ਹੁੰਦੀ ਮੈਂ ਡੈਫੀਨੇਟਲੀ ਕਰੂੰਗਾ ਮੈਂ ਕਰੂੰਗਾ ਬਿਲਕੁਲ ਮੈਮ ਜਦੋਂ ਆਪਾਂ ਲੀਡ 'ਚ ਆਉਂਦੇ ਇੱਕ ਤਾਂ ਚਲੋ ਇਹ ਸਾਡਾ ਇੱਕ ਫੈਦਰ ਜੁੜ ਜਾਂਦਾ ਹੈ ਸਾਡੀ ਜਰਨੀ ਦੇ ਵਿੱਚ ਕਿ ਹੁਣ ਤੁਸੀਂ ਲੀਡ ਦੇ ਵਿੱਚ ਵੀ ਕੰਮ ਕੀਤਾ ਹੈ ਨਾ ਪਰ ਜਦੋਂ ਆਪਣੀ ਪ੍ਰਮੋਸ਼ਨ ਹੁੰਦੀ ਉਹਦੇ ਨਾਲ ਹੋਰ ਰਿਸਪੋਂਸੀਬਿਲਿਟੀ ਚੈਲੇਂਜਸ ਵੀ ਜਿਵੇਂ ਟ੍ਰੇਲਰ ਲਾਂਚ 'ਤੇ ਵੀ ਭਾਅ ਜੀ ਹੁਣੇ ਕਹਿ ਰਹੇ ਸੀਗੇ ਕਿ ਇਹ ਤਾਨੀਆਂ ਦੀ ਫਿਲਮ ਆ ਹੈ ਨਾ ਪੂਰੀ ਫਿਲਮ ਨੂੰ ਲੈ ਕੇ ਚੱਲਣਾ ਹੈ ਨਾ ਆਪਣੇ ਨਾਲ ਉਹ ਸਾਰੀ ਚੀਜ਼ਾਂ ਤੁਹਾਡੇ 'ਤੇ ਟਿੱਕੀਆਂ ਹੁੰਦੀਆਂ ਨੇ ਗਾਣੇ ਤੁਹਾਡੇ 'ਤੇ ਫਿਲਮਾਏ ਜਾ ਰਹੇ ਨੇਗੇ ਉਹ ਚੀਜ਼ਾਂ ਮਤਲਬ ਕਿਤੇ ਨਾ ਕਿਤੇ ਤੁਹਾਡੀ ਪਰਫੋਰਮੈਂਸ ਨੂੰ ਜਾਂ ਅਫੈਕਟ ਕਰਦੀਆਂ ਸੀਗੀਆਂ ਜਾਂ ਫਿਰ ਤੁਸੀਂ ਕਿੰਨਾ ਕੌਨਸ਼ੀਅਸ ਹੋ ਕੇ ਆਪਣਾ ਕੰਮ ਕੀਤਾ ਮੈਂ ਜਨਰਲੀ ਦੱਸਾਂ ਕਿ ਜਦੋਂ ਮੈਂ ਪਹਿਲੇ ਵੀ ਛੋਟੇ ਕਰੈਕਟਰ ਵੀ ਪਰਫੋਰਮ ਕੀਤੇ ਸੀ ਨਾ ਮੈਂ ਇਹ ਸੋਚ ਕੇ ਨਹੀਂ ਕੀਤੇ ਸੀ ਕਿ ਮੇਰੇ ਕਿਹੜੇ ਲੀਡ 'ਤੇ ਕਿਹੜਾ ਲੋਕਾਂ ਦਾ ਮੇਰੇ 'ਤੇ ਧਿਆਨ ਜਾਣਾ ਮੈਂ ਉਹ ਵੀ ਇੰਨੀ ਹੀ ਡੈਡੀਕੇਸ਼ਨ ਨਾਲ ਕੀਤੇ ਸੀ ਜਿੰਨੀ ਡੈਡੀਕੇਸ਼ਨ ਨਾਲ ਮੈਂ ਇਹ ਮੂਵੀ ਕੀਤੀ ਹੈ ਸਿਰਫ ਮੇਰੇ ਮੈਨੂੰ ਫਰਕ ਇਹ ਲੱਗਿਆ ਕਿ ਇਹ 'ਚ ਕੰਮ ਥੋੜ੍ਹਾ ਜ਼ਿਆਦਾ ਸੀ ਉਹ 'ਚ ਕੰਮ ਥੋੜ੍ਹਾ ਘੱਟ ਹੈ ਸੋ ਮੈਂ ਇਹ ਚੀਜ਼ ਆਪਣੇ ਦਿਮਾਗ 'ਚ ਹੀ ਨਹੀਂ ਲਿਆਉਂਦੀ ਕਿ ਮੂਵੀ ਲੀਡ ਹੈ ਕਿ ਕੀ ਹੈ ਮੈਂ ਸਿਰਫ ਇਹ ਵੇਖਣੀ ਕਿ ਕਰੈਕਟਰ ਕੀ ਉਹਦਾ ਡਾਇਲੋਗ ਕੀ ਉੱਥੇ ਬੋਲਣਾ ਕੀ ਉਹਦੀ ਇੰਪੋਰਟੈਂਸ ਹੈਗੀ ਉਹ ਸੋਸ਼ਲੀ ਕੋਈ ਮੈਸੇਜ ਦੇ ਰਿਹਾ ਦੈਟਸ ਇਟ ਸੋ ਮੈਨੂੰ ਹਜੇ ਤੱਕ ਇਹ ਨਹੀਂ ਗਾ ਕਿ ਮੈਂ ਲੀਡ 'ਚ ਮੂਵੀ ਕਰ ਲਈ ਮੈਂ ਪਤਾ ਨਹੀਂ ਕੀ ਅੱਡ ਕਰ ਲਿਆ ਰਾਈਟ ਮੈਂ ਜਿੱਦਾਂ ਉਹ ਪਰਫੋਰਮ ਕੀਤੀਆਂ ਉੱਦਾਂ ਹੀ ਮੈਂ ਉਨੀ ਹੀ ਡੈਡੀਕੇਸ਼ਨ ਨਾਲ ਇਹ ਪਰਫੋਰਮ ਕੀਤੀ ਐਂਡ ਅੱਗੇ ਵੀ ਮੈਂ ਬਾਊਂਡੇਸ਼ਨ ਨਹੀਂ ਲੈ ਰਹੀ ਕਿ ਮੈਂ ਲੀਡ ਹੀ ਕਰੂੰਗੀ ਮੈਨੂੰ ਕੋਈ ਕਰੈਕਟਰ ਵਧੀਆ ਲੱਗੇਗਾ ਆਈ ਡੂ ਬਿਕੋਜ਼ ਮੈਂ ਪਹਿਲੇ ਵੀ ਕਿਹਾ ਸੀ ਇਟਸ ਨੋਟ ਅਬਾਊਟ ਬੀਂਗ ਅ ਹੀਰੋਇਨ ਇਟਸ ਅਬਾਊਟ ਬੀਂਗ ਐਨ ਐਕਟਰੈਸ ਸੋ ਐਕਟਿੰਗ ਇਜ਼ ਮਾਈ ਚੋਇਸ ਸੋ ਮੈਂ ਹਰ ਉਹ ਕਰੈਕਟਰ ਕਰੂੰਗੀ ਜੋ ਮੈਨੂੰ ਚੰਗਾ ਲੱਗੇਗਾ ਚਾਹੇ ਉਹਦੀ ਸਕਰੀਨ ਟਾਈਮ 3 ਮਿੰਟਸ ਹੀ ਕਿਉਂ ਨਹੀਂ ਹੋਏ ਮੈਂ ਨਹੀਂ ਵੇਖੂੰਗੀ ਕਿ ਸਾਰੀ ਮੂਵੀ ਮੇਰੇ 'ਤੇ ਹੋਏ ਸਾਰਾ ਕੁਛ ਮੇਰੇ ਆਸ ਪਾਸ ਘੁੰਮੇ ਨਹੀਂ ਇਫ ਆਈ ਗੈਟ ਚਾਂਸ ਟੂ ਪਲੇ ਟੂ ਸ਼ੋਅ ਮਾਈ ਟੈਲੈਂਟ ਟੂ ਪਰਫੋਰਮ ਡਿਫਰੈਂਟ ਪਰਸਨੈਲਿਟੀ ਦੈਨ ਵਟ ਆਈ ਐਮ ਜਿਵੇਂ ਸੁਪਨਾ 'ਚ ਸੀਗਾ ਸੋ ਮੈਂ ਕਰੂੰਗੀ
ਸ਼ੀ ਇਜ਼ ਬੋਰਨ ਸਟਾਰ ਐਕਚੁਅਲੀ ਇੰਨੀ ਨੈਚੁਰਲ ਆ ਨਾ ਇੰਨੀ ਨੈਚੁਰਲ ਆ ਮਤਲਬ ਬਲੱਡ ਚ ਹੈ ਨਾ ਜਗਦੀਪ ਸਰ ਬਲੱਡ ਚ ਹੈ ਜਗਦੀਪ ਦੇ ਮਤਲਬ ਉਹ ਸਿਨੇਮਾ ਲਵਰ ਸਿਨੇਮਾ ਲਵਰ ਦੇ ਆ ਸਿਨੇਮਾ ਲਵਰਸ ਜਗਦੀਪ ਨਿਕਾ ਜਿਹਾ ਹੁੰਦਾ ਸੀ ਛਿੱਤਰ ਖਾ ਖਾ ਕੇ ਫਿਲਮਾਂ ਵੇਖੀਆਂ ਉਹਨੇ ਸਕੂਲੇ ਨੇ ਜਾਣਾ ਚੋਰੀਆਂ ਫਿਲਮ ਬਿਕੋਜ਼ ਮੈਨੂੰ ਕਰੇਜ਼ ਨਹੀਂ ਸੀਗਾ ਫਿਲਮਾਂ ਦਾ ਮਤਲਬ ਸੀਗਾ ਸਾਡੇ ਘਰ ਦੇ ਨਹੀਂ ਜਾਣ ਦਿੰਦੇ ਜਾਣ ਤਾਂ ਜੱਗੀ ਨੂੰ ਵੀ ਨਹੀਂ ਦਿੰਦੇ ਚੋਰੀ ਮੈਂ ਤਾਂ ਮੇਰਾ ਤਾਂ 2005-06 ਚ ਆ ਕੇ ਪਹਿਲੀ ਵਾਰ ਸਿਨੇਮੇ ਗਿਆ ਭਾਜੀ ਮੈਂ ਗ੍ਰੈਜੂਏਸ਼ਨ ਲਾਸਟ ਈਅਰ 'ਚ ਸੀ ਜਦੋਂ ਮੈਂ ਸਿਨੇਮਾ ਦੇਖਿਆ ਪਹਿਲੀ ਵਾਰ ਮੈਂ ਤਾਂ ਮੇਰਾ ਚਾਚਾ ਮੈਨੂੰ ਲੈ ਗਿਆ ਸੀ ਉਦੋਂ ਹਰਭਜਨ ਸਾਹਿਬ ਦੀ ਫਿਲਮ ਆਈ ਸੀ ਕੋਈ ਉਹ ਵਿਖਾਉਣ ਲੱਗਿਆ ਸੀ ਮੈਨੂੰ ਅਤੇ ਮੇਰੇ ਪਾਪਾ ਨੇ ਬੇਤਾਬ ਫਿਲਮ ਦੇਖੀ ਸੀ ਇੱਕ ਹੀ ਅੱਛਾ ਤੇ ਪਾਪਾ ਗਾਣਾ ਗਾਉਂਦੇ ਜਬ ਹਮ ਜਵਾਂ ਹੋਗੇ ਤੇ ਮੰਮਾ ਨੇ ਸਿੱਧੀ ਆ ਕੇ ਅੰਗਰੇਜ਼ ਵੇਖੀ ਹੈ ਸਾਰੀ ਜ਼ਿੰਦਗੀ ਉਹਨੂੰ 50 ਸਾਲ ਟੱਪ ਕੇ ਮੰਮਾ ਨੂੰ ਤੇ 50 ਸਾਲਾਂ ਤੋਂ ਬਾਅਦ 'ਚ ਮਾਤਾ ਮੇਰੀ ਨੇ ਆ ਕੇ ਕਿਤੇ ਅੰਗਰੇਜ਼ ਫਿਲਮ ਸਿੱਧੀ ਵੇਖੀ ਅਤੇ ਗੱਲ ਰਬਾਬ ਨਾ ਕੱਲ੍ਹ ਗੀਤ ਰਿਲੀਜ਼ ਹੋਇਆ ਅੰਮੀ ਅੰਮੀ ਰਿਲੀਜ਼ ਹੋਇਆ ਅਤੇ ਮੈਂ ਤਾਂ ਖੈਰ ਉੱਥੇ ਸੈੱਟ 'ਤੇ ਮੈਨੂੰ ਜ਼ਿਆਦਾ ਪਤਾ ਨਹੀਂ ਸੀਗਾ ਮੈਂ ਐਡਿਟ 'ਤੇ ਸਪੈਸ਼ਲੀ ਰਬਾਬ ਵਾਲਾ ਇੱਕ ਪਾਰਟ ਵੇਖਿਆ ਜਦੋਂ ਮੈਂ ਡਬਿੰਗ ਕਰਨ ਗਿਆ ਐਡਿਟ 'ਤੇ ਨਹੀਂ ਡਬਿੰਗ 'ਤੇ ਰਬਾਬ ਵਾਲਾ ਪਾਰਟ ਵੇਖਿਆ ਮੈਂ ਸੁਣਿਆ ਸੀ ਉੱਥੇ ਜਦੋਂ ਫਿਲਮ ਐਡਿਟ ਹੋ ਰਹੀ ਸੀਗੀ ਇੱਥੇ ਸੈੱਟ 'ਤੇ ਮੈਂ ਉੱਥੇ ਰਬਾਬ ਵਾਲਾ ਪਾਰਟ ਵੇਖਿਆ ਉਹ ਇੰਨਾ ਕੁ ਗ੍ਰਿਪ ਕਰਦਾ ਨਾ ਫਿਲਮ ਨੂੰ ਇੰਨਾ ਕੁ ਫੜ ਕੇ ਰੱਖਦਾ ਇੰਨਾ ਕੁ ਸੋਹਣਾ ਨਿਭਾਇਆ ਉਹਨੇ ਇੰਨੀ ਕੁ ਸੋਹਣੀ ਲੱਗੀ ਹੈ ਕਿਉਂਕਿ ਫਰੈਕਲਸ ਨੇ ਨਾ ਇਹਦੇ ਤਾਨਿਆਂ ਦੇ ਫਿਲਮ ਦੇ ਵਿੱਚ ਅਤੇ ਉਹਦੇ ਨਿੱਕੀ ਦੇ ਲਾਏ ਇੱਥੇ ਫਰੈਕਲ ਨਾ ਡੋਟ ਡੋਟ ਦੇ ਇੰਨੀ ਕਿਊਟ ਲੱਗਦੀ ਆ ਨਾ ਅਤੇ ਉਹਨੇ ਨਿਭਾਇਆ ਸਮਾਈਲ ਦੇਖੀ ਜਦੋਂ ਹੱਸਦੀ ਆ ਚੀਜ਼ ਪਾ ਇੱਕ ਅੱਧੇ ਸੀਨ ਦੀ ਮੈਨੂੰ ਕੱਲ੍ਹ ਅਜੇ ਕਨਫਰਮੇਸ਼ਨ ਮਿਲੀ ਨਹੀਂ ਜਗਦੀਪ ਕਹਿੰਦਾ ਇੱਕ ਮੈਂ ਸੀਨ ਕੱਟਤਾ ਮੈਂ ਕਿਹਾ ਪਰ ਮੈਂ ਫਿਲਮ ਨਹੀਂ ਵੇਖਣ ਜਾਣਾ ਜੋ ਸੀਨ ਕੱਟਤਾ ਭਾਵੇਂ ਧੱਕੇ ਨਾਲ ਪਾ ਦੁਬਾਰੇ ਅਤੇ ਉਹ ਕਹਿੰਦਾ ਸੀ ਵੀ ਕੁਛ ਡਰੈਗ ਕਰਦਾ ਸੀਗਾ ਕੁਛ ਬਟ ਉਹਨੇ ਇੰਨਾ ਬਾਕਮਾਲ ਪਰਫਾਰਮ ਕੀਤਾ ਨੈਕਸਟ ਲੈਵਲ ਨੋ ਡਾਊਟ ਅੱਛਾ ਫਿਲਮ ਦਾ ਉਹ ਸੀਨ ਕਿਹੜਾ ਸੀਗਾ ਜਿਹਦੇ ਵਿੱਚ ਜਗਦੀਪ ਭਾਜੀ ਕਹਿੰਦੇ ਕਿ ਇਹਦੇ 'ਚ ਸਭ ਤੋਂ ਜ਼ਿਆਦਾ ਡਾਇਰੈਕਟਰ ਸੀਗੇ ਪਰ ਇਹ ਫਿਲਮ ਸੀਨ ਆ ਜਿਹੜਾ ਫਿਲਮ 'ਚ ਨਹੀਂ ਪਿਆ ਹੈਗਾ ਉਹ ਮੇਰਾ ਸੀਮਾ ਕੌਸ਼ਲ ਜੀ ਨਾਲ ਸੀਗਾ ਉਹ ਡਰਾਮਾ ਸੀਗਾ ਫਿਲਮ ਦੇ ਵਿੱਚ ਅਤੇ ਤੁਸੀਂ ਉਹ ਆਪਣੇ ਵਾਸਤੇ ਕਰਨ ਵਾਸਤੇ ਤੇ ਉਹ ਭੁਲੇਖੇ ਨਾਲ ਹੋਰ ਬੰਦੇ ਨੂੰ ਕਰ ਲੈਂਦਾ ਤੇ ਜਿੱਦੀ ਜਿਹੜਾ ਮਤਲਬ ਸੋਚ ਵੀ ਨਹੀਂ ਸਕਦਾ ਬੰਦਾ ਵੀ ਯਾਰ ਇਹਦੇ 'ਤੇ ਆਹ ਅਸਰ ਹੋ ਸਕਦਾ ਉਹ ਭੁਲੇਖੇ ਨਾਲ ਹੋ ਜਾਂਦਾ ਅਤੇ ਉਹ ਜੱਗੀ ਨੂੰ ਮਾਈਟ ਵੀ ਲੱਗਿਆ ਹੋਊਗਾ ਅਨਿਵੰਜਾ ਜਾਂ ਉਹ ਵੇਖਣ ਨੂੰ ਜਾਂ ਸਮਾਜਿਕ ਤੌਰ 'ਤੇ ਉਹਨੂੰ ਸਹੀ ਨਹੀਂ ਲੱਗਿਆ ਹੋਊਗਾ ਅਤੇ ਉਹਨੇ ਉਹ ਸੀਨ ਕੱਟਤਾ ਬਿਕੋਜ਼ ਉਹ ਕੌਮੇਡੀ ਵਾਲਾ ਸੀਨ ਸੀਗਾ ਕਾਫੀ ਲੋਕ ਅਸੀਂ ਹੱਸਦੇ ਸੀਗੇ ਉੱਥੇ ਅਤੇ ਤਾਂ ਕਰਕੇ ਉਹਨੂੰ ਮਤਲਬ ਉਹ ਮੈਨੂੰ ਲੱਗਦਾ ਜੱਗੀ ਦਾ ਪੁਆਇੰਟ ਆਫ ਵਿਊ ਇਹ ਹੋਊਗਾ ਵੀ ਉਹ ਫੈਮਲੀਜ਼ ਲਈ ਨਹੀਂ ਗੁੱਡ ਉਹਦੀ ਵਾਈਬ ਨਹੀਂ ਸੀ ਠੀਕ ਉਸ ਸੀਨ ਦੀ ਕਿਸਮਤ ਦੀ ਖਾਸ ਤੌਰ ਤੇ ਅਤੇ ਸੁਪਨਾ ਦੀ ਜੇ ਆਪਾਂ ਗੱਲ ਕਰੀਏ ਤਾਂ ਈਵਨ ਚਲੋ ਗੁੱਡੀਆਂ ਪਟੋਲੇ ਚ ਤੁਸੀਂ ਨਹੀਂ ਸੀਗੇ ਜਗਦੀਪ ਹੁਣੀ ਸੀਗੇ ਮਿਊਜ਼ਿਕ ਤੇ ਬਹੁਤ ਜ਼ਿਆਦਾ ਕੰਸੈਂਟ੍ਰੇਟ ਕੀਤਾ ਜਾ ਰਿਹਾ ਤਾਂ ਇਹਦੀ ਵੀ ਇੱਕ ਸਬ ਟਾਈਟਲ ਸੀਗਾ ਕਿ ਮਿਊਜ਼ੀਕਲ ਜਰਨੀ ਆਫ ਲਵ ਹਨਾ ਅਤੇ ਉਹਦੇ ਲਈ ਸਪੈਸ਼ਲੀ ਤੁਹਾਨੂੰ ਕਿਉਂ ਲੱਗਦਾ ਕਿ ਸਿਰਫ ਜਾਨੀ ਐਂਡ ਬੀ ਪ੍ਰਾਕ ਹੀ ਉਨ੍ਹਾਂ ਸੋਲਫੁਲ ਮਿਊਜ਼ਿਕ ਕ੍ਰੀਏਟ ਕਰ ਸਕਦੇ ਨੇ ਗੇ ਸਭ ਤੋਂ ਪਹਿਲਾਂ ਥੈਂਕਸ ਕਰਦੇ ਹਾਂ ਜਾਨੀ ਉਹਨਾਂ ਦਾ ਬੀ ਪ੍ਰਾਕ ਉਹਨਾਂ ਦਾ ਬਿਕੋਜ਼ ਉਹਨਾਂ ਨੂੰ ਫੜਨਾ ਹਰ ਬੰਦੇ ਦੇ ਵੱਸ ਦੀ ਗੱਲ ਨੀਗੀ ਅਤੇ ਇਹਦੇ 'ਚ ਮੇਰੇ ਇਕੱਲੇ ਦਾ ਐਫਰਟ ਵੀ ਨੀਗਾ ਵੀ ਮੈਂ ਉਹਨਾਂ ਨੂੰ ਕਹਿ ਤਾ ਮੇਰੀ ਫਿਲਮ ਦਾ ਮਿਊਜ਼ਿਕ ਕਰ ਦਿਓ ਮੇਰਾ 'ਚ ਰੁਪਈਏ ਦਾ ਕੰਮ ਨੀਗਾ ਜੀ ਜਾਨੀ 'ਤੇ ਟਰੱਸਟ ਬਹੁਤ ਆ ਜਾਨੀ ਉਹਨਾਂ ਨੂੰ ਆਪਣਾ ਜੱਗੀ 'ਤੇ ਟਰੱਸਟ ਬਹੁਤ ਆ ਜਾਨੀ ਨੂੰ ਅਤੇ ਬੀ ਪ੍ਰਾਕ ਨੂੰ ਉਹਨਾਂ ਨੂੰ ਐਂ ਲੱਗਦਾ ਵੀ ਜੋ ਅਸੀਂ ਲਿਖ ਕੇ ਦੇ ਦਾਂਗੇ ਨਾ ਤਾਂ ਇਹਨੇ ਨਿਭਾਉਣਾ ਬਹੁਤ ਸੋਹਣਾ ਮਤਲਬ ਉਹ ਇੱਕ ਦੂਜੇ ਦੇ ਕੰਮ 'ਤੇ ਇੰਨਾ ਟਰੱਸਟ ਕਰਦੇ ਆ ਮੈਂ ਤਾਂ ਵਿੱਚ ਹੈ ਵੀ ਨਹੀਂ ਗਾ ਮੈਂ ਤਾਂ ਗਾਇਆ ਵੀ ਇੱਕ ਗੀਤ ਹੈ ਕੌਣ ਨੂੰ ਮੈਂ ਸਾਰੇ ਗਾ ਸਕਦਾ ਸੀ ਜਿੱਦ ਕਰਕੇ ਉਹਨਾਂ ਨੇ ਜਵਾਬ ਵੀ ਨਹੀਂ ਦੇਣਾ ਪਰ ਮੈਂ ਉਹਨਾਂ 'ਚ ਵੜਦਾ ਨਹੀਂ ਉਹਨਾਂ ਜਿਹੜੀ ਆਪਣੀ ਟਿਊਨਿੰਗ ਹੈ ਨਾ ਲੜਦੇ ਵੀ ਇੱਕ ਦੂਜੇ ਨਾਲ ਜਦਮ ਜਿਹਦੀ ਵੀ ਹੁੰਦੇ ਇੱਕ ਦੂਜੇ ਨਾਲ ਤੂੰ ਗਾਣੇ ਨਹੀਂ ਭੇਜਦਾ ਇਹ ਨਹੀਂ ਕਰਦਾ ਵਾਹ ਨਹੀਂ ਕਰਦਾ ਉਹਨਾਂ ਦੀ ਆਪਸ ਹੀ ਟਿਊਨਿੰਗ ਜਾਂ ਰਿਸਪੈਕਟ ਔਫ ਰਿਸਪੈਕਟ ਇੱਕ ਦੂਜੇ ਲਈ ਰਾਈਟਰ ਬੰਦਾ ਰਾਈਟਰ ਬੰਦੇ ਨੂੰ ਬਹੁਤ ਨੈਕਸਟ ਲੈਵਲ ਤੋਂ ਪਿਆਰ ਕਰਦਾ ਹੁੰਦਾ ਜਾਨੀ ਸ਼ਾਇਰ ਹੈ ਬਹੁਤ ਤਕੜਾ ਸ਼ਾਇਰ ਉਹਦਾ ਮੁਕਾਬਲਾ ਹੀ ਹੈ ਨਹੀਂ ਕੋਈ ਮਹਿੰਗਾ ਸ਼ਾਇਰ ਹੈ ਜਾਨੀ ਸਾਡਾ ਭਰਾ ਪਹਿਲੇ ਨੰਬਰ 'ਤੇ ਆਵੇ ਬਾਲੀਵੁੱਡ ਦੇ ਵਿੱਚੋਂ ਅਤੇ ਪੂਰੇ ਇੰਡੀਆ ਦੇ ਵਿੱਚੋਂ ਹਾਲੀਵੁੱਡ ਤਾਂ ਕਹਿ ਨਹੀਂ ਸਕਦਾ ਤੈਨੂੰ ਅੰਗਰੇਜ਼ੀ ਨਹੀਂ ਆਉਣੀ ਸੋਹਣਾ ਮੇਰੇ ਵਾਂਗੂ ਮੈਂ ਬਾਲੀਵੁੱਡ ਦੇ ਗਿਆ ਤਾਂ ਆਪਣੀ ਧੰਨ ਧੰਨ ਹੋ ਜਾਣੀ ਜੇ ਬਾਲੀਵੁੱਡ 'ਚ ਬੀ ਪ੍ਰੈਕ ਭਾਅ ਜੀ ਪਹਿਲੇ ਨੰਬਰ 'ਤੇ ਸਿੰਗਰ ਬਣ ਗਏ ਆ ਮੈਂ ਕਹਿੰਦਾ ਪਹਿਲੇ ਨੰਬਰ 'ਤੇ ਸਿੰਗਰ ਆ ਉਹ ਪੂਰੇ ਇੰਡੀਆ ਦੇ ਵਿੱਚੋਂ ਰਾਈਟ ਨਾਓ ਅਤੇ ਜੱਗੀ ਫਿਲਮ ਰਾਈਟਰ ਹੈ ਕੋਈ ਵੀ ਬੰਦਾ ਜੱਗੀ ਪੋਇਮਾਂ ਵੀ ਲਿਖ ਲੈਂਦਾ ਸ਼ਾਇਰੀ ਵੀ ਲਿਖ ਲੈਂਦਾ ਸ਼ੇਅਰ ਵੀ ਲਿਖ ਲੈਂਦਾ ਜੱਗੀ ਅਤੇ ਉਹਨਾਂ ਦੀ ਟਿਊਨਿੰਗ ਆਪਸ 'ਚ ਬਹੁਤ ਜ਼ਿਆਦਾ ਵਧੀਆ ਸ਼ੁਰੂ ਸ਼ੁਰੂ ਜਦੋਂ ਮੈਨੂੰ ਗੀਤ ਸੁਣਾਏ ਕਿਹਾ ਵੀ ਕੱਚੇ ਜੇ ਘਰ ਹੋਣਗੇ ਯਾਰ ਕਪਾਹ ਕਪੂਜ ਹੋਣੀ ਮੈਂ ਕਿਹਾ ਜੱਗੀ ਕਰੀ ਕੇ ਜਾਂਦਾ ਯਾਰ ਇੱਕ ਪੈਸੇ ਘਰੋਂ ਲਈ ਜਾਂਦਾ ਮੈਂ ਕਿਹਾ ਮਰਵਾ ਹੀ ਨਾ ਦਈ ਅਤੇ ਆਹ ਕਰੀ ਕੇ ਜਾਂਦਾ ਕਹਿੰਦਾ ਤੂੰ ਖੜ ਜਾ ਵੇਖੀ ਚੱਲੇ ਫਿਰ ਜਿਉਂ ਜਿਉਂ ਫਿਲਮ ਸ਼ੂਟ ਹੋਈ ਗਈ
ਤੇ ਗਾਣੇ ਆਡੀਬਲੀ ਸੁਣ ਸੁਣ ਕੇ ਮੈਨੂੰ ਜਮ੍ਹਾਂ ਨਹੀਂ ਸੀ ਪਹਿਲਾਂ ਹਿਸਾਬ 'ਚ ਆਉਂਦੇ। ਮੈਂ ਕਿਹਾ ਗਾਣੇ ਯਾਰ ਸਿੰਗਲ ਕਰਨ ਵਾਲੇ ਆ ਸਾਰੇ, ਤੂੰ ਫਿਲਮ 'ਚ, ਮੈਂ ਕਿਹਾ ਇੱਕ ਤਾਂ ਖਰਾਬ ਕਰਾਂਗੇ, ਇੱਕ ਆਪਣੀ ਫਿਲਮ ਨਹੀਂ। ਅਤੇ ਮੈਨੂੰ ਕਹਿੰਦਾ ਸਾਰਾ ਆਰਟ ਵੇਖੀ ਆ, ਮੈਂ ਕਿਹਾ ਹਾਂ ਵੇਖੀ ਆ, ਅਤੇ ਕਹਿੰਦਾ ਉਹੋ ਜਿਹੀ ਫਿਲਮ ਹੀ ਆਪਣੀ, ਕਹਿੰਦਾ ਮਿਊਜ਼ਿਕ ਵੇਖ, ਕਹਿੰਦਾ ਉਹ ਆ ਨਾ ਉਹ 'ਚ ਅਰਬਨ ਮਿਊਜ਼ਿਕ ਸੀ ਨਾ, ਗੁੱਡ ਟੇਕਿੰਗ ਸੀ ਨਾ, ਵਿਜ਼ਨਸ ਕਿੱਡੀ ਸੀਗੀ, ਕਹਿੰਦਾ ਉਹੋ ਜਿਹੀ ਫਿਲਮ ਆ, ਕਹਿੰਦਾ ਆਪਾਂ ਉਹੋ ਜਿਹੀ ਫਿਲਮ ਬਣਾਉਣੀ ਆ। ਅਤੇ ਫਿਰ ਉਹ ਜਿਉਂ ਜਿਉਂ ਸ਼ੂਟ ਹੋਈ ਗਏ ਗਾਣੇ, ਯਾਰ ਮੈਂ ਕਿਹਾ ਇਹਦੀ ਤਾਂ ਕੋਈ ਤੋੜ ਹੀ ਨਹੀਂ ਸੀ, ਆਪਾਂ ਕੁਛ ਹੋਰ ਕਰਦੇ ਤਾਂ ਇੱਥੇ ਕਿੰਨੇ ਭੈੜੇ ਲੱਗਦੇ, ਜਾਂ ਕੋਈ ਹੋਰ ਇੱਥੇ ਕੋਈ ਸਾਜ਼ ਵੱਜਦਾ ਜਾਂ ਹੋਰ ਕੋਈ ਚੀਜ਼ ਹੁੰਦੀ, ਮੈਂ ਕਿਹਾ ਇੱਥੇ ਸੋਹਣੀ ਨਹੀਂ ਸੀ ਲੱਗਣੀ ਵੇਖਣ। ਸਾਡਾ ਪਹਿਲਾ ਪਲੈਨ ਨਹੀਂ ਸੀ ਹੈਗਾ ਕਬੂਲ ਆ ਗਾਣਾ ਕਰਨ ਦਾ, ਪਹਿਲਾ ਗੀਤ। ਅਤੇ ਮਤਲਬ ਮੇਰਾ ਤਾਂ ਵੈਸੇ ਵੀ ਡਿਸੀਜ਼ਨ ਨਹੀਂ ਹੁੰਦਾ ਕੁਛ ਕਰਨ ਦਾ, ਜਗਦੀਪ ਹੈ ਨਾ ਮੈਂ ਵੜਦਾ, ਕਿਉਂਕਿ ਮੇਰੇ ਤੋਂ ਸੀਨੀਅਰ ਆ ਉਹ, ਮੇਰੇ ਤੋਂ ਵੱਧ ਕੰਮ ਦਾ ਪਤਾ। ਅਤੇ ਜਦੋਂ ਤੁਹਾਡੇ ਤੋਂ ਕਿਸੇ ਨੂੰ ਕੰਮ ਦਾ ਵੱਧ ਪਤਾ ਹੋਵੇ ਨਾ, ਉੱਥੇ ਸਲਾਹ ਦਿਓ, ਡਿਸੀਜ਼ਨ ਮੇਕਰ ਨਾ ਬਣੋ, ਬਿਲਕੁਲ ਉੱਥੇ ਸਲਾਹ ਦਿਓ, ਸਲਾਹਕਾਰ ਬਣ ਜਾਓ, ਐਡਵਾਈਜ਼ਰ ਬਣ ਜਾਓ, ਅਤੇ ਉੱਥੇ ਤੁਸੀਂ ਡਿਸੀਜ਼ਨ ਮੇਕਰ ਨਾ ਬਣੋ, ਬਿਕੋਜ਼ ਉਹਨੂੰ ਪਤਾ, ਉਹਨੇ ਲਈ, ਮੈਂ ਤਾਂ ਫਿਲਮ ਵੀ ਨਹੀਂ ਸੁਣੀ, ਫਿਲਮ ਵੇਖੀ ਵੀ ਨਹੀਂ ਪੂਰੀ, ਮੈਨੂੰ ਕੁਛ ਨਹੀਂ ਪਤਾ। ਅਤੇ ਬਟ ਮੈਨੂੰ ਵਾਈਬਸ ਪਤਾ ਨਹੀਂ ਫਿਲਮ ਦੀਆਂ ਬਣਦੀ ਨੇ ਵੀ ਕੀ ਬਣਨਾ, ਮੈਂ ਆਪਣਾ ਡਬਿੰਗ ਵਾਲਾ ਪਾਰਟ, ਇੰਨੀ ਕੌਮੇਡੀ, ਇੰਨੇ ਇਮੋਸ਼ਨ, ਸਾਰਾ ਕੁਛ ਹੈ, ਅਤੇ ਤਾਨਿਆਂ ਦੇ ਸੀਨਸ ਵੇਖਣੇ, ਮੈਨੂੰ ਇੰਨਾ ਜ਼ਿਆਦਾ ਬਾਕਮਾ ਲੱਗਿਆ। ਅਤੇ ਫਿਰ ਉਸ ਤੋਂ ਬਾਅਦ 'ਚ ਜਗਦੀਪ ਦਾ ਅਤੇ ਜਾਨੀ ਦਾ ਖੁਦ ਦਾ ਡਿਸੀਜ਼ਨ ਹੁੰਦਾ। ਹੁਣ ਅਗਲੀ ਫਿਲਮ ਵੀ ਸਾਡੀ 15 ਮਾਰਚ ਤੋਂ ਸ਼ੁਰੂ ਹੋ ਜਾਣੀ, ਅਨਟਾਈਟਲਡ ਆ ਜੇ, ਵੀ ਆਰ ਟਰਾਇੰਗ ਵੀ ਸਾਨੂੰ ਗੁੱਡ ਟਾਈਟਲ ਮਿਲੇ ਉਸ ਫਿਲਮ ਦਾ, ਅਤੇ ਟੈਂਟੇਟਿਵ ਹੈਗਾ ਸਾਡੇ ਕੋਲ, ਅਤੇ ਉਹ ਅਸੀਂ ਉਹ 'ਚ ਵੀ ਜਾਨੀ ਹੋਣੀ ਨੇ ਜੀ। ਪਰ ਜੀ ਦੋ ਸਵਾਲ ਨੇਗੇ, ਦੋਵਾਂ ਦੇ ਲਈ ਹੋਏ ਨੇਗੇ, ਇੱਕ ਖਾਸ ਤੁਹਾਡੇ ਲਈ, ਜਗਦੀਪ ਨਾਲ ਤੁਹਾਡੀ ਇਹ 6ਵੀਂ ਫਿਲਮ ਆ, ਸਟਿਲ ਤੁਸੀਂ ਇੱਕ ਦੂਜੇ 'ਤੇ ਡਾਊਟਸ ਕਰਦੇ ਹੋ, ਜਾਂ ਤੁਹਾਡੇ ਇੱਕ ਦੂਜੇ ਲਈ ਸਵਾਲ ਹੁੰਦੇ ਨੇ ਕਿ ਇਹ ਤੂੰ ਕਿਉਂ ਕੀਤਾ, ਜਾਂ ਇਹ ਤੂੰ ਕਿਵੇਂ ਕਰੇਗਾ, ਜਾਂ ਇਹ ਇੱਦਾਂ ਕਿਉਂ? ਨਹੀਂ, ਮੈਂ ਪਹਿਲੇ ਦਿਨ ਹੀ ਨਹੀਂ, ਮੈਂ ਉਹਨੂੰ ਕਦੇ ਪੁੱਛਿਆ ਨਹੀਂ ਕੁਛ। ਮੇਰੀ ਇੱਕ ਆ ਤਾਂ ਮੈਂ ਸੁਣਦਾ ਨਹੀਂ ਉਹਦੇ ਤੋਂ ਫਿਲਮ ਜੀ, ਮੈਂ ਮਤਲਬ ਮੈਨੂੰ ਮੇਰੇ ਮਨ 'ਚ ਸੁਣਨੀ ਚਾਹੀਦੀ ਹੈ, ਆਰਟਿਸਟ ਨੂੰ ਫਿਲਮ ਸੁਣਨੀ ਚਾਹੀਦੀ ਹੈ, ਇਹ ਮੇਰਾ ਪਤਾ ਨਹੀਂ ਤੁਸੀਂ ਨੈਗੇਟਿਵ ਪੁਆਇੰਟ ਕਰ ਲਓ ਜਾਂ ਪਲੱਸ ਪੁਆਇੰਟ ਕਰ ਲਓ, ਬਟ ਮੈਨੂੰ ਟਰੱਸਟ ਹੀ ਇੰਨਾ ਹੁੰਦਾ ਉੱਤੇ, ਹਰ ਚੀਜ਼ 'ਚ, ਫਿਲਮਾਂ ਵਾਲੇ ਮਾਮਲੇ 'ਚ ਨਹੀਂ। ਮੇਰੇ ਘਰ ਦਾ ਕੋਈ ਡਿਸੀਜ਼ਨ ਹੋਵੇ, ਮੇਰੀ ਫੈਮਿਲੀ ਦਾ ਕੋਈ ਡਿਸੀਜ਼ਨ ਹੋਵੇ, ਮੇਰੇ ਵੱਡੇ ਭਰਾ ਦਾ ਕੋਈ ਡਿਸੀਜ਼ਨ ਹੋਵੇ, ਮੇਰੇ ਸੱਜਣਾ ਮਿੱਤਰਾਂ ਦਾ ਕੋਈ ਡਿਸੀਜ਼ਨ ਹੋਵੇ, ਕੋਈ ਵੀ ਮੇਰੇ ਮਾਂ ਪਿਓ ਦਾ ਡਿਸੀਜ਼ਨ ਹੋਵੇ, ਵੀ ਆਹ ਚੀਜ਼ ਇੱਦਾਂ, ਆਹ ਚੀਜ਼ ਇੱਦਾਂ, ਉਹਨੇ ਮੈਨੂੰ ਐਡਵਾਈਸ ਕਰਨਾ ਉਸ ਚੀਜ਼ 'ਚ ਲੈ ਕੇ। ਅਤੇ ਮੇਰੇ ਕੋਲ 2015 ਤੋਂ ਲੈ ਕੇ 2020 ਚੱਲ ਪਿਆ, 2015-16 ਦੇ ਜਾਂਦੇ ਸੀ ਇੱਕ ਦੂਜੇ ਨੂੰ, 16 ਦੇ 4 ਸਾਲਾਂ ਦੀ ਚੈਟ ਪਈ ਹੈ, ਅਤੇ ਮੈਂ ਸਾਰੀ ਫੋਲ ਲੈਂਦਾ ਹੁੰਦਾ, ਕਿੱਥੇ ਉਹਨੇ ਯੈਸ ਬੋਲਿਆ, ਕਿੱਥੇ ਉਹਨੇ ਨੋ ਬੋਲਿਆ, ਅਤੇ ਜਿੱਥੇ ਜਿੱਥੇ ਉਹਨੇ ਨੋ ਬੋਲਿਆ ਅਤੇ ਮੈਂ ਉੱਥੇ ਯੈਸ ਕੀਤੀ ਹੈ ਅਤੇ ਮੈਂ ਉੱਥੇ ਮਰਿਆ, ਅਤੇ ਜਿੱਥੇ ਉੱਥੇ ਉਹਨੇ ਯੈਸ ਬੋਲਿਆ ਉਹ 'ਚ ਉਹਦਾ ਤਲਕ ਵੀ ਨਹੀਂ ਸੀ, ਕੋਈ ਉਹਦਾ ਕੰਮ ਨਹੀਂ ਉਹਨਾਂ ਚੀਜ਼ਾਂ ਦੇ ਵਿੱਚ, ਮੇਰੇ ਪਰਸਨਲ ਮੈਟਰਸ ਜਾਂ ਕੁਛ, ਮਤਲਬ ਉਹਨੇ ਸਲਾਹ ਦਿੱਤੀ ਮੈਨੂੰ, ਅਤੇ ਜਿੱਥੇ ਇੱਥੇ ਮੈਂ ਘੋਲ 'ਚ ਆ ਕੇ ਚੱਲ ਯਾਰ ਕੁਛ ਨਹੀਂ ਤਾਂ ਕਰ ਦਿਉ, ਕਿਸੇ ਲਈ ਵੀ ਕਰ ਦਿਉ, ਵੈਸੇ ਨਾ ਮਤਲਬ ਉਹਦੇ ਉਲਟ ਜਾ ਕੇ ਨਹੀਂ, ਕਿਸੇ ਦੀ ਭਲਾਈ ਵਾਸਤੇ ਕਰ ਲਓ, ਕਹਿੰਦਾ ਮਰੇਗਾ, ਬਸ ਉੱਥੇ ਪ੍ਰੋਬਲਮ ਕ੍ਰੀਏਟ ਹੋਈ ਹੈ ਮੇਰੇ ਲਈ। ਇੱਕ ਜਦੋਂ ਸੁਫਨਾ ਦਾ ਪਹਿਲਾ ਪੋਸਟਰ ਆਇਆ ਸੀਗਾ, ਸੁਫਨਾ 'ਤੇ ਉੱਤੇ ਸਿਰਫ 2 ਕਪਾਹ ਦੇ ਫੁੱਲ ਸੀਗੇ ਪੋਸਟਰ ਦੇ ਉੱਪਰ, ਹੈ ਨਾ, ਸਾਰਿਆਂ ਨੂੰ ਸੀਗਾ ਵੀ ਕਪਾਹ ਦੇ ਫੁੱਲ ਦਾ ਕੀ ਰੋਲ ਹੋਊਗਾ ਹੁਣ, ਹੈ ਨਾ, ਫਿਲਮ ਦੇ ਵਿੱਚ ਕੀ ਇੰਪੋਰਟੈਂਸ ਹੋਊਗੀ। ਤੁਸੀਂ ਵੀ ਸਵਾਲ ਕੀਤਾ ਸੀ ਜਦ ਤੁਸੀਂ ਕਲੀਅਰ ਸੀਗੇ ਕਿ ਇਹ ਫਿਲਮ ਕਿੱਦਾਂ ਦੀ ਹੋਣ ਵਾਲੀ ਆ, ਅਤੇ ਨਰਮੇ ਦੀ ਫਸਲ ਹੈ ਇਸ ਫਿਲਮ ਦੇ ਵਿੱਚ, ਮਾਈਟ ਵੀ ਇਹਨੇ ਸੁਣੀ ਹੋਵੇ, ਇਹਨੂੰ ਰੀਝ ਹੁੰਦੀ ਆ, ਮਤਲਬ ਇੱਕ ਤਾਂ ਫਿਲਮ ਸੀਗੀ ਲੀਡ 'ਤੇ ਆਉਣਾ ਸੀ, ਅਤੇ ਇਹਨੇ ਹਰ ਸੀਨ ਦੇ ਵਿੱਚ ਰੀਟੇਟ ਵੀ ਇੰਨਾ ਕਰਨਾ, ਪੁੱਛ ਕੇ ਮੈਂ ਤੂੰ ਕਰ ਲੈ ਯਾਰ, ਕਿਉਂ ਤੂੰ ਕਰੀ ਜਾਂਦੇ ਨਾ, ਕਿਉਂਕਿ ਮੈਨੂੰ ਹੁੰਦਾ ਵੀ ਦਵਾ ਦਵ ਜਿਹੜੀ ਚੀਜ਼ ਆਈ ਹੈ ਕਰੇ, ਇਹਨੇ ਨਿੰਨੂ ਲੈਣੀ ਹਰ ਚੀਜ਼ 'ਚ ਵੀ ਮੈਨੂੰ ਵੇਖਣਾ, ਬਿਕੋਜ਼ ਇਹਨੂੰ ਪਰਫੋਰਮ ਕਰਨਾ ਸੀਗਾ, ਅਤੇ ਇਹਦੇ ਲਈ ਮਤਲਬ ਅੱਡ ਸੀਗਾ ਕੁਛ ਕਰਨ ਨੂੰ, ਮੇਰੇ ਲਈ ਨੋਰਮਲ ਜਿਹਾ ਸੀਗਾ ਇਹਨੂੰ, ਇੱਕ ਤਾਂ ਮਤਲਬ ਇਹਦੇ ਜਿਵੇਂ ਦੀ ਨੋਰਮਲ ਆ ਉਹਦੇ ਨਾਲ ਅੱਡ ਸੀਗੀ ਚੀਜ਼ ਕਰਨ ਨੂੰ, ਰਾਈਟ। ਅਤੇ ਅਮੀਰ ਘਰ ਦੀ ਕੁੜੀ ਆ, ਗਰੀਬ ਬਣੀ ਸੀ, ਅਸੀਂ ਸ਼ੁਰੂ ਤੋਂ ਜੈਨੀ ਗਰੀਬ, ਅਸੀਂ ਪਹਿਲਾਂ ਤਾਂ ਦਿਮਾਗੋਂ ਗਰੀਬ ਪਿੰਡਾਂ ਵਾਲੇ, ਅਤੇ ਤਾਂ ਸਾਡੇ ਲਈ ਤਾਂ ਕੋਈ, ਮੇਰੇ ਲਈ ਤਾਂ ਕੋਈ ਐਕਸਟਰਾ ਸੀਗਾ ਨਹੀਂ ਕਰਨ ਨੂੰ ਫਿਲਮ ਦੇ ਵਿੱਚ, ਹੈ ਨਾ, ਨੋਰਮਲ ਕਰੈਕਟਰ ਸੀਗਾ। ਅਤੇ ਇਹਨੇ ਪੁੱਛਣਾ ਵੀ ਮੈਨੂੰ ਆਹ ਦੱਸੋ ਆਹ ਦੱਸੋ ਆਹ ਦੱਸੋ, ਮੈਨੂੰ ਖਿੱਚ ਚੜਨੀ, ਮੈਂ ਯਾਰ ਤੂੰ ਕਰਦੀ ਕਿਉਂ ਨਹੀਂ ਗਈ, ਤੂੰ ਮੇਡੀ, ਤੂੰ ਮੈਂ ਕਿਹਾ ਵੱਡੀ ਵੀ ਮਮਾ ਲੈਣੀ, ਮੈਂ ਕਿਹਾ ਦਵਾ ਦਵਾ ਕਰਕੇ ਪਰਾਂ ਕਰ, ਅਤੇ ਕੀ ਆ ਮੈਂ ਕਿਹਾ ਕਿੱਡਾ ਕੁ ਸੀਨ ਆ ਕਿਤੇ। ਅਤੇ ਫਿਰ ਇਹਦੇ ਲਈ ਮਤਲਬ ਇਹਨੇ ਪੁੱਛਣਾ, ਅਤੇ ਮਤਲਬ ਬਾਕੀ ਨੋਰਮਲ ਐਜ਼ ਇਟ ਇਜ਼, ਡਾਇਲੋਗ ਡੂਲੋਗ ਇਹ ਵੀ ਨਹੀਂ ਭੁੱਲਦੀ ਛੇਤੀ ਕਰੇ, ਕਿਉਂਕਿ ਇਹਨੂੰ ਵੀ ਪਹਿਲਾਂ ਮਿਲ ਜਾਂਦੇ ਨੇ, ਅਤੇ ਮੈਨੂੰ ਤਾਂ ਮਾਰੇ ਦੀ ਕਿਰਪਾ ਨਾਲ ਇੱਕ ਵਾਰੀ ਮੈਂ ਮਾਰਦਾ, ਸਕੈਨ ਹੋ ਜਾਂਦੇ। ਅੱਛਾ, ਮੈਨੂੰ ਨਹੀਂ ਭੁੱਲਣ ਅਤੇ ਪਹਿਲਾਂ ਮਿਲ ਜਾਂਦੇ ਨੇ। ਪਹਿਲਾਂ ਤਾਂ ਸਾਰਿਆਂ ਨੂੰ ਮਿਲ ਜਾਂਦੇ ਨੇ, ਮੈਂ ਪੜ੍ਹਦਾ ਨਹੀਂ ਗਾ, ਮੇਰਾ ਇਹ ਪ੍ਰੋਬਲਮ, ਮੈਂ ਸੈੱਟ 'ਤੇ ਜਾ ਕੇ। ਬਿਲਕੁਲ, ਕਬੂਲੇ ਦਾ ਜਿਹੜਾ ਲਾਸਟ ਅੰਦਰਾ ਵਾ, ਅਤੇ ਉਹਦਾ ਇੱਕ ਮਤਲਬ ਬਹੁਤ ਲੰਬਾ ਟੇਕ ਲਿਆ ਹੋਇਆ, ਜਿੱਥੇ ਤੁਸੀਂ ਅੰਦਰ ਵੜਦੇ ਹੋ, ਬਾਹਰ ਨਿਕਲ, ਮਿਰਚਣ, ਉਹ ਚੀਜ਼ਾਂ ਮਤਲਬ ਪਰਫਾਰਮ ਕਰਨੀਆਂ ਸੌਖੀਆਂ ਲੱਗਦੀਆਂ ਨੇਗੀਆਂ ਤੁਹਾਨੂੰ, ਕਿਉਂਕਿ ਟੇਕ ਨਹੀਂ ਹੈਗਾ ਵਿੱਚ, ਤਾਂ ਤੁਸੀਂ ਪੂਰਾ ਉਹ ਦੋ ਲਿੱਤੇ ਸੀ, ਇੱਕ 'ਚ ਫੋਕਸ ਆਊਟ ਹੋ ਗਿਆ ਸੀ ਅਤੇ ਇੱਕ ਜਿਹੜਾ ਲੱਗਾ। ਬਿਊਟੀਫੁਲ, ਜੈਨੂਅਲੀ ਮੇਰਾ ਪਸੰਦ ਉਹ ਪਹਿਲਾਂ ਨਾ ਟੇਬਲ 'ਤੇ ਸਾਧਕ ਨੇ ਘੱਟਤਾ ਸੀ, ਹੁਣ ਕੀ ਆਪਣਾ ਮੁੰਡਾ ਐਡੀਟਰ ਸੀ ਜਿਹੜਾ, ਉਹਨੇ ਨਾ ਕੱਟ ਕਰਕੇ ਲਾਤਾ, ਅਤੇ ਮੈਂ ਪਹਿਲੇ ਦਿਨ ਵੇਖ ਲਿਆ ਸੀ, ਮੈਂ ਸਿੰਗਲ ਸ਼ਾਟ ਵੇਖਿਆ, ਜਗਦੀਪ ਦੇ ਫੋਨ 'ਚ ਦੇਖਿਆ ਸਿੰਗਲ ਸ਼ਾਟ ਦਿਖਾਇਆ ਜਾ ਕੇ ਮੈਨੂੰ, ਅਤੇ ਉੱਥੇ
ਤੇ ਫਿਰ ਅਗਲੇ ਦਿਨ ਅਸੀਂ ਐਡਿਟ ਤੇ ਵੇਖਿਓ, ਦੁਬਾਰਾ ਸੀਨ ਚੱਲੇ ਤੇ ਫਿਰ ਉਹ ਐਡਿਟ ਨੂੰ ਪੈ ਗਿਆ ਜੱਗਿਆ ਐਡੀਟਰ ਨੂੰ ਵੀ ਆਹ ਤੂੰ ਚੇਂਜ ਕਿਉਂ ਕੀਤਾ, ਜੇ ਕਿਉਂ ਵਾਹ ਕੀਤਾ, ਹੈ ਨਾ। ਅਤੇ ਫਿਰ ਮੇਰੇ ਸਾਹ ਆਇਆ, ਮੈਂ ਕਿਹਾ ਸਿੰਗਲ ਟੇਕ ਹੀ ਹੈ। ਫਿਰ ਮੈਂ ਉਹਨੂੰ ਪੁੱਛਿਆ ਨਹੀਂ ਵੀ ਤੂੰ ਆਹ ਕਿਉਂ ਕੱਟ ਵੱਢ ਕਰ ਰਿਹਾ ਇਹਦੀ, ਅਤੇ ਮੈਂ ਜੱਗੇ ਨੂੰ ਕਿਹਾ ਫਿਰ ਮੈਂ ਬਾਅਦ 'ਚ ਯਾਰ, ਮੈਂ ਕਿਹਾ ਮੈਂ ਤਾਂ ਆਪ ਕੱਲ੍ਹ ਵੇਖਿਆ, ਮੈਂ ਕਿਹਾ ਮੈਨੂੰ ਤਾਂ ਆਪ ਖਿੱਚ ਚੜ੍ਹ ਗਈ ਵੀ ਚੰਗਾ ਭਲਾ ਇੱਕ ਸੀਨ ਆ, ਮੈਂ ਕਿਹਾ ਤੂੰ ਏਡਾ ਕ੍ਰੀਏਟਿਵ ਬਣਿਆ ਵਿੱਚ। ਅਤੇ ਫਿਰ ਉਹ ਸਿੰਗਲ ਟੇਕ ਰੱਖਿਆ, ਮੈਨੂੰ ਬੜਾ ਬਿਊਟੀਫੁਲ ਲੱਗਾ ਜੀ। ਚਾਰ ਫਿਲਮਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਹੁੰਦੀਆਂ ਨੇ, ਪਰ ਜੇ ਕਿਸੇ ਨੇ ਸਿੱਖਣਾ ਹੋਵੇ ਤਾਂ ਉਹਦੇ ਲਈ ਉਨੀਆਂ ਵੀ ਬਹੁਤ ਹੁੰਦੀਆਂ ਨੇਗੀਆਂ। ਪਰ ਸਟਿਲ ਤੁਸੀਂ ਪ੍ਰੈਸ਼ਰ ਫੀਲ ਕਰਦੇ ਹੋ ਕੋਈ ਵੀ ਕਰੈਕਟਰ ਪਲੇ ਕਰਨ ਲੱਗਿਆਂ, ਜਾਂ ਫਿਰ ਭਾਅ ਜੀ ਤੁਸੀਂ ਵੀ, ਜਾਂ ਫਿਰ ਹੁਣ ਮਤਲਬ ਯੂਜ਼ ਟੂ ਹੋ ਗਏ ਹੋ ਵੀ ਠੀਕ ਆ? ਮੈਨੂੰ ਕਰ ਲਾ ਓਕੇ, ਦੱਸ ਲਾ ਦੱਸ ਲਾ। ਨਹੀਂ ਮੈਨੂੰ ਮੈਨੂੰ ਚਾਹ ਹੁੰਦਾ ਕਿਉਂਕਿ ਮੈਨੂੰ ਅੰਦਰੋਂ ਚਾਹ ਹੈ ਕਿ ਅੱਡ ਅੱਡ ਜ਼ਿੰਦਗੀ ਹੈ ਨਾ ਜੀ, ਹਾਂ ਅੱਡ ਅੱਡ ਕਰੈਕਟਰਸ ਪਲੇ ਕਰਾਂ। ਸੋ ਮੈਨੂੰ ਕੋਈ ਪ੍ਰੈਸ਼ਰ ਨਹੀਂ ਫੀਲ ਹੁੰਦਾ, ਮੈਨੂੰ ਖੁਸ਼ੀ ਫੀਲ ਹੁੰਦੀ। ਮੈਨੂੰ ਹੁੰਦਾ ਉਹ ਆਸ ਪਾਸ ਐਟਮੋਸਫੇਅਰ ਕੀ ਹੈ, ਕਰੈਕਟਰ ਦਾ ਡਾਇਲੋਗ ਕੀ, ਉਹਦੀ ਫੀਲ ਕੀ, ਉਹਨੂੰ ਕਿੱਦਾਂ ਰਿਪ੍ਰਜੈਂਟ ਕਰਨਾ, ਐਂਡ ਮੈਂ ਆਪਣੇ ਤੋਂ ਟੋਟਲੀ ਡਿਫਰੈਂਟ ਹੋ ਕੇ ਉਹਨੂੰ ਕਿੱਦਾਂ ਰਿਪ੍ਰਜੈਂਟ ਕਰਨਾ। ਜੇ ਮੈਂ ਇਸ ਮੂਵੀ 'ਚ ਵੀ ਆਪਣੀ ਪਰਫੋਰਮੈਂਸ ਵੇਖਦੀ ਸੀ ਮੈਂ, ਕਿਉਂਕਿ ਇਹ ਜਿਹੜੀ ਮੂਵੀ ਹੈ ਨਾ ਸੁਫਨਾ, ਇਹ ਗਲੈਮਰ ਓਰੀਐਂਟਿਡ ਨਹੀਂ, ਇਹ ਕਰੈਕਟਰ ਓਰੀਐਂਟਿਡ ਹੈ। ਬਹੁਤ ਗਲੈਮਰ ਹੈ ਤੇਰਾ ਰਿਸ਼, ਉਹ ਤਾਂ ਚਲੋ ਇੰਨੀ ਸੋਹਣੀ ਲੱਗੀ ਆ ਤੂੰ ਜੈਨੂਇਨਲੀ, ਬਟ ਉਹ ਕਰੈਕਟਰ ਓਰੀਐਂਟਿਡ ਆਈ ਵੁੱਡ ਸੇ ਕਿ ਉਹਦੇ 'ਚ ਉਹ ਡਿਫਰੈਂਟ ਪਾਰਟ ਹੈ ਕਿ ਉਹ ਕਿੱਦਾਂ ਦੀ ਲੱਗਦੀ ਹੈ ਕੁੜੀ, ਬਟ ਉਹਦਾ ਇੱਕ ਕਰੈਕਟਰ ਹੈ, ਉਹ ਕਿੱਦਾਂ ਉੱਠਦੀ ਹੈ, ਕਿੱਦਾਂ ਬਹਿੰਦੀ ਹੈ, ਉਹ ਜ਼ਮੀਨ 'ਤੇ ਬਹਿ ਕੇ ਰੋਟੀ ਖਾਂਦੀ, ਉਹ ਤੁਰਦੀ ਕਿੱਦਾਂ, ਉਹ ਹੱਸਦੀ ਕਿੱਦਾਂ, ਪੂਰਾ ਖੁੱਲ੍ਹ ਕੇ ਹੱਸਦੀ ਹੈ। ਸੋ ਦੈਟ ਇਜ਼ ਟੋਟਲੀ ਡਿਫਰੈਂਟ ਜੋ ਮੈਂ ਹੈਗੀ ਹਾਂ ਉਸ ਤੋਂ। ਸੋ ਇਹਦੇ 'ਚ ਮੈਨੂੰ ਸੀਗਾ ਕਿ ਹਾਂ ਵੇਖਣਾ ਹੈ ਦੁਬਾਰਾ ਕੀ ਕੀਤਾ, ਹੋਰ ਇਹਨੂੰ ਬੈਟਰ ਕਿੱਦਾਂ ਕਰ ਸਕਦਾ, ਡਾਇਰੈਕਟਰ ਨੇ ਕੀ ਸੋਚਿਆ ਸੀ, ਕੀ ਜੋ ਰਾਈਟਰ ਨੇ ਲਿਖਿਆ ਮੈਂ ਉਹ ਪਰਫੋਰਮ ਕੀਤਾ, ਇਸ ਕਰਕੇ ਮੈਂ ਜ਼ਿਆਦਾ ਉੱਥੇ ਪਹੁੰਚਦੀ ਹੁੰਦੀ ਸੀ। ਤੁਸੀਂ ਜ਼ੁਬਾਨ 'ਤੇ ਵੀ ਕੰਮ ਕਰਦੇ ਹੋ ਕਿਉਂਕਿ ਬਹੁਤ ਜ਼ਿਆਦਾ, ਕਿਉਂਕਿ ਉਹ ਜਿਹੜਾ ਤੁਹਾਡਾ ਕਰੈਕਟਰ ਆ ਉਹ ਬਹੁਤ ਜ਼ਿਆਦਾ ਠੇਠ ਦੇਸੀ ਹੈਗਾ, ਹੈ ਨਾ, ਅਤੇ ਉੱਦਾਂ ਤੁਸੀਂ ਆਪਣੀ ਪਰਸਨਲ ਲਾਈਫ ਦੇ ਵਿੱਚ ਤੁਹਾਡਾ ਇੱਕ ਸ਼ੈਰੀ ਟੱਚ ਹੈਗਾ। ਇੱਕ ਤਾਂ ਜਿਹੜਾ ਤੇਰਾ ਆੜਾ ਆੜਾ, ਜਿਹੜਾ ਤੇਰਾ ਆੜਾ ਉਹਦੇ ਤੋਂ ਦਲਾਵਾਂ ਲਾ ਕੇ ਲਾਵਾਂ ਲਾ, ਤੁਸੀਂ ਕੈਮਰੇ ਤੇ ਜ਼ਰੂਰੀ ਬੋਲਣੀ ਹੁੰਦੀ ਹੈ ਚੀਜ਼ਾਂ, ਤੁਸੀਂ ਮੈਨੂੰ ਮਦਰੋ ਸਿਖਾ ਲਿਆ ਕਰੋ। ਇੱਕ ਜਿਹੜਾ ਐ ਨਹੀਂ ਨਾ ਹੁੰਦਾ, ਇਹ ਹੁੰਦਾ, ਐ ਹੁੰਦਾ, ਕੇਕ ਵੀ ਹੁੰਦੀ ਹੈ, ਚਲੋ ਛੱਡ ਦਿਓ, ਕੇਕ ਤਾਂ ਵੈਸੇ ਹੁੰਦਾ। ਮੈਂ ਮੈਜੋਰਿਟੀ ਦੇ ਵਿੱਚ ਆਪਾਂ ਕਿਹਨਾਂ ਲਈ ਕੰਮ ਕਰਦੇ, ਉਹਨਾਂ ਲਈ ਕਰਦੇ, ਤੇ ਮੈਜੋਰਿਟੀ ਦੇ ਵਿੱਚ ਨੀਚੇ ਕਮੈਂਟ ਪੜੇ ਹੋਣਗੇ, ਨਹੀਂ ਪੜੇ, ਰਾਈਟਰ ਨੇ ਲਿਖਿਆ ਸੀ ਮੇਰੇ, ਤੇ ਤੇਰੇ ਰਾਈਟਰ ਨੇ ਐਡੀ, ਤੂੰ ਸਗੀ ਰਾਈਟਰ ਦੀ, ਉਹ ਗੱਲ ਮੇਨ ਤੂੰ ਸਹੀ ਨੂੰ ਸਹੀ, ਗਲਤ ਨੂੰ ਗਲਤ ਕਹਿਣਾ, ਕੇਕ ਹੁੰਦਾ, ਪੇਸਟਰੀ ਹੁੰਦੀ ਹੈ ਯਾਰ, ਉਹ ਕੁੜੀ ਲਈ ਹੁੰਦੀ ਹੈ ਤੇ ਕੇਕ ਹੁੰਦੀ ਹੈ ਨਾ, ਪੇਸਟਰੀ ਹੁੰਦੀ ਹੈ ਨਾ, ਮੈਨੂੰ ਦੱਸੋ ਕੇਕ ਹੁੰਦਾ, ਮੇਲ ਹੁੰਦਾ, ਕੇਕ ਰਾਈਟਰ ਲਈ ਕੇਕ ਹੁੰਦੀ ਹੈ, ਉਹ ਤਾਂ ਜੱਗੀ ਗਲਤ ਹੈ ਇੱਥੇ, ਮੈਂ ਉਹਨੂੰ 100% ਕਹਿ ਸਕਦਾ, ਚਲੋ ਠੀਕ ਹੈ, ਕੈਮਰੇ ਸਾਹਮਣੇ ਗਿਆ, ਬਟ ਜੇ ਤੁਸੀਂ ਗੱਲ ਕਰੋ ਲੈਂਗੁਏਜ ਦੀ, ਮੈਂ ਪੂਰੀ ਫਿਲਮ 'ਚ ਵੈਸੇ ਮੈਨੂੰ ਇੰਨੀ ਕੋਈ ਪ੍ਰੋਬਲਮ ਨਹੀਂ, ਜੋ ਮੈਂ ਇੱਕ ਵਾਰੀ ਸੁਣਾ ਜਾਂ ਜੋ ਪੜ੍ਹਾਂ ਉਹ ਮੈਨੂੰ ਆ ਜਾਂਦੀ ਹੈ, ਮੈਂ ਸਪੈਸ਼ਲੀ ਪੰਜਾਬੀ ਪੜ੍ਹਨੀ ਵੀ ਸਿੱਖੀ, ਬੋਲਣੀ ਵੀ ਸਿੱਖੀ, ਲਿਖਣੀ ਵੀ ਸਿੱਖੀ, ਐਂਡ ਮੈਂ ਤਾਂ ਓਪਨ ਦਾ ਉਹ ਜਿਹੜਾ ਓਪਨ ਬੋਰਡ ਪੇਪਰ ਹੁੰਦਾ ਲੈਂਗੁਏਜ ਦਾ, ਮੈਂ ਉਹ ਵੀ ਦਿੱਤਾ ਸਿਰਫ ਫਿਲਮਸ ਲਈ ਕਿ ਮੈਨੂੰ ਪੜ੍ਹਨੀ ਲਿਖਣੀ ਆਉਣੀ ਚਾਹੀਦੀ ਹੈ, ਤੇ ਕਥਕ ਦੀ ਗੋਲਡ ਮੈਡਲਿਸਟ ਹੈ। ਹਾਂ ਦੇਖਿਆ ਤੁਸੀਂ ਬੱਚੋ, ਕਬੂਲ ਹੈ ਪਰਫਾਰਮ ਜੋ ਕੀਤਾ, ਤੇ ਉਸ ਤੋਂ ਬਾਅਦ ਮੇਰਾ ਇੱਕ ਡਾਇਲੋਗ ਆਇਆ ਸੀ ਆ ਓਵਲਾ, ਤੇਰੇ ਹਿੱਕ ਚ ਮਾਰੂ ਤਕਲਾ ਤੇ ਕੱਠੇ ਪਰੋ ਦੂੰ, ਹਾਂ ਤੇ ਉਹ ਐਡਾ ਭੈੜਾ ਇਹਨੇ ਡਬ ਕੀਤਾ, ਤੇ ਮੈਂ ਅਗਲੇ ਦਿਨ ਗਿਆ ਰੱਬੋਂ ਗਿਆ, ਮੈਂ ਮੇਰੀ ਘਰੇ ਡਬਿੰਗ ਸੀ, ਪਤਾ ਨਹੀਂ ਕਿਉਂ ਮੈਂ ਕਦੇ ਸੁਣਿਆ ਵੀ ਨਹੀਂ ਇਹ ਚੀਜ਼ ਹੈ ਨਾ, ਕਦੀ ਵੀ ਨਹੀਂ, ਤੇਰੇ ਹਿੱਕ ਚ ਮਾਰੂ ਤਕਲਾ ਤੇ ਕੱਠੇ ਪਰੋ ਦੂੰ, ਮੈਂ ਕਿਹਾ ਜੇ ਮੈਂ ਕਿਹਾ ਪਿੰਡ ਵਾਲੀਆਂ ਕੁੜੀਆਂ ਵਾਲੀ ਬੋਲੀ ਨਾ ਹੋਈ ਇਹਦੀ, ਮੈਂ ਕਿਹਾ ਤੂੰ ਹਿਸਾਬ ਲਗਾ, ਉਹ ਜਮਾਂ ਖੇ ਹੋ ਜਾਂਦੀ ਹੈ, ਨਹੀਂ ਸੀ ਹੋ ਪਾ ਰਹੀ ਕਿਉਂਕਿ ਕਦੀ ਕੱਠੇ ਪਰੋ ਦੂੰ, ਉਹ ਦਿਨ ਮੈਂ ਥੋੜਾ ਵੀ ਮੇਰੀ ਛਾਤੀ ਚੋਂ ਕੱਢਿਆ ਤੇ ਵਿੱਚ ਹੀ ਕੁੜੀ ਨੂੰ ਵੱਜਾ ਵਿੱਚ ਉਹ ਕੱਠੇ ਪਰੋ ਤੇ, ਹਾਂ ਉਹ ਤੇ ਕੰਪਾਸ ਉਹ ਹੁੰਦੀ ਹੈ ਪ੍ਰਕਾਰ। ਭਜੇ ਅਗਰ 14 ਫਰਵਰੀ ਨੂੰ ਫਰਾਈਡੇ ਨਾ ਹੁੰਦਾ ਤਾਂ ਵੀ ਇਹ ਫਿਲਮ 14 ਫਰਵਰੀ ਨੂੰ ਵੀ ਰਿਲੀਜ਼ ਹੋਣੀ ਸੀ। ਜੀ 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 ਅੱਜ ਮੈਂ ਉਧਰ ਇੰਟਰਵਿਊ 'ਚ ਗੱਲ ਕੀਤੀ ਸੀ, 14 ਫਰਵਰੀ ਵੈਲੈਂਟਾਈਨਸ ਤੇ ਫਿਲਮ ਰਿਲੀਜ਼ ਹੋਣੀ ਹੈ, ਤੇ ਉਹਨਾਂ ਲੋਕਾਂ ਦੀ ਫਿਲਮ ਹੈ ਜਿਹਨਾਂ ਨੂੰ ਵੈਲੈਂਟਾਈਨਸ ਨਹੀਂ ਪਤਾ ਕੀ ਹੁੰਦਾ। ਅੱਛਾ, ਹਾਂਜੀ ਉਹਨਾਂ ਲੋਕਾਂ ਦੀ। ਜੱਗੀ ਭਾਅ ਜੀ ਨੂੰ ਧਮਕੀਆਂ ਵੀ ਮਿਲ ਰਹੀਆਂ, ਕਹਿੰਦੇ ਜੇ ਇਹਦਾ ਕਲਾਈਮੈਕਸ ਤੁਸੀਂ ਕਿਸਮਤ ਦਾ ਕੀਤਾ ਨਾ ਤਾਂ ਹਿਸਾਬ ਲਾ ਲਿਓ। ਉਹਦੇ ਮਹਾਰਾਜ ਆਂਦਣ ਕੀ ਹੈ ਇੱਥੇ, ਅਤੇ ਵੇਖੋ ਹੁਣ ਕੀ ਉਹਨੂੰ ਗਾਲਾਂ ਪੈਂਦੀਆਂ ਨੇ ਕਿ ਬਚਾਅ ਹੁੰਦਾ, ਉਹ ਤਾਂ ਜੱਗੀ ਨੂੰ ਪਤਾ ਖੈਰ ਸਾਨੂੰ ਵੀ ਅਸੀਂ ਦੱਸਾਂਗੇ ਨਹੀਂ। ਸੋ ਵੀ ਵਿਸ਼ ਯੂ ਗੁੱਡ ਲੱਕ,
ਤੁਹਾਨੂੰ ਵੀ ਅਤੇ ਤੁਹਾਨੂੰ ਬਹੁਤ ਜ਼ਿਆਦਾ, ਕਿਉਂਕਿ ਤੁਹਾਡੇ ਲਈ ਇੱਕ ਸਪੈਸ਼ਲ ਫਿਲਮ ਆਹੀ, ਬਤੌਰ ਲੀਡ ਐਕਟਰਸ ਤੁਹਾਡੀ ਪਹਿਲੀ ਫਿਲਮ ਆਹੀ, ਅਤੇ ਉਮੀਦ ਕਰਦੇ ਹਾਂ ਕਿ ਦਰਸ਼ਕ ਤੁਹਾਡੀ ਪਰਫੋਰਮੈਂਸ ਨੂੰ ਪਸੰਦ ਜ਼ਰੂਰ ਕਰਨਗੇ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਤੁਹਾਡੇ ਹਿੱਸੇ ਆਉਣ। ਭਾਅ ਜੀ ਥੈਂਕ ਯੂ ਸੋ ਮੱਚ, ਤੁਹਾਡਾ ਦੋਵਾਂ ਦਾ 2020 ਬਹੁਤ ਸੋਹਣਾ ਹੋਵੇ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਸਾਡੇ ਨਾਲ ਐਮੀ ਵਿਰਕ ਅਤੇ ਤਾਨੀਆ ਹੋਰੀ, ਗੱਲ ਕਰ ਰਹੇ ਸਨ ਆਪਣੀ 14 ਫਰਵਰੀ ਨੂੰ ਆਉਣ ਵਾਲੀ ਫਿਲਮ ਸੁਫਨਾ ਦੇ ਬਾਰੇ। ਅਸੀਂ ਫਿਲਮ ਸਾਰੇ ਜਾਣੇ ਜ਼ਰੂਰ ਵੇਖਾਂਗੇ। ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ ਤੁਸੀਂ ਇਜਾਜ਼ਤ ਦੇ ਦਿਓ। ਹੋਰ ਅਪਡੇਟਸ ਦੇ ਲਈ ਤੁਸੀਂ ਵੀ ਸੋਸ਼ਲ ਦੇ ਨਾਲ ਹੀ ਜੁੜੇ ਰਹੋ। ਸਤਿ ਸ਼੍ਰੀ ਅਕਾਲ।